ਸਸਕਾਲ ਸਵਾਗਤ ਹੈ ਸਾਰਖੀ ਦਰਸ਼ਕਾਂ ਦਾ ਮੈਂ ਹਾਂ ਗਗਨਦੀਪ ਸਿੰਘ ਤੇ ਲਾਈਵ ਕੱਪੜਛਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਕਰਦੀਆਂ ਖਾਸ ਤੌਰ ਤੇ ਉੱਤੇ ਇਸ ਪ੍ਰੋਗਰਾਮ ਦੀ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਉੱਤੇ ਨਾਲ ਜੁੜੇ ਖਾਸ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਅੱਜ ਵੀ ਵੱਡੇ ਮਸਲੇ ਨੇ ਖਾਸ ਤੌਰ ਤੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੇ ਹੋਲਚੋਲ ਪੈਦਾ ਹੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਚਰਚਾਵਾਂ ਜਿੱਥੇ ਵਿਰੋਧੀ ਕਰ ਰਹੇ ਸੀ ਉੱਥੇ ਹੀ ਹੁਣ ਆਪਣੀ ਪਾਰਟੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਵਿੱਚ ਸਿੱਧੂ ਦੇ ਪੱਖ ਦੇ ਵਿੱਚ ਵੱਡੇ ਬਿਆਨ ਉੱਠਨੇ ਸ਼ੁਰੂ ਹੋ ਚੁੱਕੇ ਨੇ ਆਖਰਕਾਰ ਕਾਰਨ ਕੀ ਹੈ ਸਿੱਧੂ ਦੀਆਂ ਪੁਰਾਣੀਆਂ ਵੀਡੀਓ ਚਰਚਾਵਾਂ ਦੇ ਵਿਚ ਆ ਰਹੀਆਂ ਨੇ ਇੱਕ ਵਾਰ ਫਿਰ ਤੋਂ ਸਿੱਧੂ ਪੁਰਾਣੀਆਂ ਵੀਡੀਓ ਪਾ ਰਿਹਾ ਹੈ ਤੇ ਉਸ ਦੇ ਪਿੱਛੇ ਕਾਰਨ ਕੀ ਹੈ ਉਸਤੇ ਦਾ ਕੱਪੜ ਸ਼ਾਨ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਭਗਵੰਤ ਮਾਨ ਦੇ ਸੁਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਦਲੇ ਨੇ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਯੂ ਟਰਨ ભગવંતમાન ਨੇ ਕਿਉਂ ਮਾਰਿਆ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਤਾਂ ਅਜੇ ਸੁਰ ਬਦਲੇ ਨਹੀਂ ਇਸ ਦਾ ਵੀ ਕੱਪੜਸ਼ਣ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਪੰਜਾਬ ਦੇ ਬਜਟ ਨੂੰ ਲੈ ਕੇ ਚਰਚਾ ਰਹੇਗੀ ਉਧਰ ਮੇਰਠ ਦੇ ਵਿੱਚ ਪ੍ਰਿਅੰਕਾ ਗਾਂਧੀ ਪਹੁੰਚ ਚ ਨੇ ਉਸ ਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਫਿਰ ਇੱਕ ਇੱਕ ਕਰਕੇ ਵੱਡੇ ਸਵਾਲਾਂ ਦੇ ਵੱਲ ਵਧਾਂਗੇ ਡੱਲਾ ਜੀ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਪ੍ਰੋਗਰਾਮ ਦੇ ਸ਼ੁਰੂਆਤੀ ਵਿੱਚ ਹੀ ਸਭ ਤੋਂ ਪਹਿਲਾਂ ਮਹਿਲਾ ਦਿਹਾੜੀ ਦੀਆਂ ਸਭ ਨੂੰ ਮੁਬਾਰਕਬਾਦ ਨੇ ਡੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਦਿਹਾੜਾ ਅੱਜ ਕਿਸਾਨਾਂ ਨੇ ਵੀ ਮਨਾਉਣਾ ਹੈ ਤੇ ਪੂਰੇ ਵਿਸ਼ਵ ਦੇ ਵਿੱਚ ਇਹ ਮਹਿਲਾ ਦਿਹਾੜਾ ਮਨਾਇਆ ਜਾਣਾ ਹੈ ਅੱਜ ਦੀ ਜਿਹੜੀ ਕਿਸਾਨਾਂ ਦੀ ਸਟੇਜ ਹੈ ਉਹ ਵੀ ਔਰਤਾਂ ਦੇ ਵੱਲੋਂ ਸੰਭੀ ਜਾਣੀ ਹੈ ਇਸ ਦੇ ਉੱਤੇ ਟਿੱਪਣੀ ਜ਼ਰੂਰ ਦੇਖੋ ਅੱਜ ਦੁਨੀਆ ਭਰ ਦੇ ਵਿੱਚ ਕਮਨਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਵਿਮਨਸ ਡੇ ਵੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਸੋ ਕਮਨਤਰੀ ਮਹਿਲਾ ਦਿਹਾੜੇ ਮੌਕੇ ਦੁਨੀਆ ਭਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਬਹੁਤ-ਬਹੁਤ ਸਨਮਾਨ ਹੈ ਔਰ ਇਹਦੇ 'ਚ ਸਾਰੀ ਆਗੇ ਆਪਣੇ ਪਰਿਵਾਰ ਦੀਆਂ ਬੀਬੀਆਂ ਵੀ ਆ ਗਈਆਂ ਔਰ ਕੁੱਲ ਦੁਨੀਆ ਦੀਆਂ ਬੀਬੀਆਂ ਆ ਗਈਆਂ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮੁਲਕ ਦੀ ਤਰੱਕੀ 'ਚ ਔਰ ਇਸ ਸਮਾਜ ਦੀ ਤਰੱਕੀ 'ਚ ਔਰ ਇਸ ਦੁਨੀਆ ਦੀ ਤਰੱਕੀ 'ਚ ਸੋ ਬਰਾਬਰ ਦੇ ਹੱਕ ਸਾਰਿਆਂ ਨੂੰ ਮਿਲਨੇ ਚਾਹੀਦੇ ਨੇ ਬੀਬੀਆਂ ਨੂੰ ਵੀ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਨੇ ਔਰ ਦੂਸਰੀ ਗੱਲ ਕਿ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਅੱਜ ਬੀਬੀਆਂ ਅਗਵਾਈ ਕਰਨਗੀਆਂ ਕਿਸਾਨ ਅੰਦੋਲਨ ਦੀ ਔਰ ਟਿਕਰੀ ਬਾਰਡਰ ਸਿੰਘੂ ਬਾਰਡਰ ਸਾਰੀਆਂ ਥਾਵਾਂ ਤੇ ਜਿਹੜਾ ਮੰਚ ਹੈ ਮੰਚਾਂ ਦਾ ਸੰਚਾਲਨ ਅੱਜ ਬੀਬੀਆਂ ਨੇ ਕਰਨਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਉਚੇਚੇ ਤੌਰ ਦੇ ਉੱਤੇ ਇਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਵੀ ਪੰਜਾਬ ਤੋਂ ਗਗਨ ਕਲ ਤੋਂ ਹੀ ਸੰਗਰੂਰ, ਬਡਲਾੜਾ, ਸੁਨਾਮ, ਮਾਨਸਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸਾਰੇ ਪਾਸਿਓਂ ਵੱਡੀ ਗਿਣਤੀ ਦੇ ਵਿੱਚ ਉੱਥੇ ਪੁੱਜੀਆਂ ਨੇ ਸੋ ਅੱਜ ਬੀਬੀਆਂ ਦੇ ਹੱਥ ਪੂਰੇ ਪ੍ਰੋਗਰਾਮ ਨੇ ਜਿਹੜੇ ਉਹ ਕਿਸਾਨ ਅੰਦੋਲਨ ਦੇ ਰਹਿਣਗੇ ਮੰਚ ਸੰਚਾਲਨ ਦੇ ਮਾਮਲੇ ਦੇ ਵਿੱਚ ਉੰਜ ਤਾਂ ਇਸ ਅੰਦੋਲਨ ਦੇ ਵਿੱਚ ਅਸੀਂ ਹਮੇਸ਼ਾ ਹੀ ਦੇਖਿਆ ਸਾਡੀਆਂ ਬਜ਼ੁਰਗ ਵੀ ਮਾਵਾਂ ਪੈਣਾ ਬੀਬੀਆਂ ਸਾਰੇ ਪਹਿਲੇ ਦਿਨ ਤੋਂ ਹੀ ਇਸ ਅੰਦੋਲਨ ਦੇ ਵਿੱਚ ਰੁਝੀਆਂ ਨੇ ਅੱਜ ਅੱਜ ਉਹਨਾਂ ਦਾ ਕੋਈ ਇਹ ਨਹੀਂ ਹੈਗਾ ਕਿ ਉਹ ਅੱਜ ਹੀ ਆਈਆਂ ਨੇ ਉਹ ਸਰਗਰਮ ਪਹਿਲਾਂ ਹੀ ਨੇ ਲੇਕਿਨ ਅੱਜ ਖਾਸ ਤੌਰ ਦੇ ਉੱਤੇ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਇਹ ਉਹਨਾਂ ਦੀ ਹੋਣੀ ਹੈ ਸੋ ਇਹ ਅੱਜ ਇੱਕ ਵੱਡਾ ਦਿਨ ਰਹੂਗਾ ਜੀ ਦਲਾ ਸਭ ਕਿਸਾਨ ਅੰਦੋਲਨ ਦੇ ਵੱਲ ਸਭ ਤੋਂ ਪਹਿਲਾਂ ਬਤਾਂਕੀ ਕਿ ਕਿਸਾਨ ਅੰਦੋਲਨ ਦੇ ਤਹਿਤ ਹੁਣ ਜਿਹੜੇ ਐਲਾਨ 9 ਤਰੀਕ ਨੂੰ ਹੋਣੇ ਸੀ ਉਹ ਹੁਣ 11 ਨੂੰ ਹੋਣੇ ਨੇ ਕੀ ਲੱਗਦਾ ਹੈ ਕਿ ਵੱਡੇ ਐਲਾਨ ਦੀ ਤਿਆਰੀ ਕਿਸਾਨ ਕਰ ਰਹੇ ਨੇ ਕਿਉਂਕਿ ਇੰਨਾ ਸਮਾਂ ਚਿੱਕਰ ਕਿਸਾਨ ਲੈ ਰਹੇ ਨੇ ਤਕਰੀਬਨ 9 ਤੋਂ ਬਾਅਦ 11 ਤਰੀਕ ਤੇ ਬਹੁਤ ਵੱਡੀ ਵਿਚਾਰ ਚਰਚਾ ਇਸ ਵਕਤ ਹੋ ਰਹੀ ਹੈ ਦੇਖੋ ਇਹਦਾ ਕਾਰਨ ਹੈ ਕਾਰਨ ਇਹ ਹੈ ਵੀ ਹੁਣ 11 ਤਰੀਕ ਨੂੰ ਕਿਸਾਨਾਂ ਨੇ ਫੇਰ ਐਲਾਨ ਕਰਨਾ ਕਿ ਸਾਡਾ ਅਗਲਾ ਸੰਘਰਸ਼ ਕੀ ਹੋਊਗਾ ਮੈਂ ਇੱਕ ਚੀਜ਼ ਦੇਖੀ ਹੈ ਦੇਖੋ ਕਿਸਾਨ ਵੋਟਰ ਨੇ ਕਿਸਾਨਾਂ ਨੂੰ ਇਹ ਸਮਝ ਆ ਗਿਆ ਕਿ ਪੋਲਿਟੀਕਲ ਸਿਸਟਮ ਦੇ ਵਿੱਚ ਸਾਨੂੰ ਦੱਸਣਾ ਪਊਗਾ ਵੀ ਅਸੀਂ ਵੋਟਰ ਵੀ ਹਾਂ ਔਰ ਕਿਸਾਨ ਹੁਣ ਉਹੀ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਅਸੀਂ ਥਾਂ ਥਾਂ ਤੇ ਜਾਵਾਂਗੇ ਪੋਲਿਟੀਕਲ ਤੌਰ ਦੇ ਉੱਤੇ ਅਸੀਂ ਪੋਲਿਟੀਕਲ ਪਾਰਟੀਆਂ ਦੇ ਕੀ ਏਜੰਡੇ ਨੇ ਪੋਲਿਟੀਕਲ ਪਾਰਟੀਆਂ ਕੀ ਸਹੀ ਕਰ ਰਹੀਆਂ ਨੇ ਕਿਹੜੀਆਂ ਨੀਤੀਆਂ ਨਹੀਂ ਸਹੀ ਬਣਾ ਰਹੀਆਂ ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਹੁਣ ਦੇਖੋ ਪੱਛਮੀ ਬੰਗਾਲ ਵੀ ਕਿਸਾਨ ਜਾ ਰਹੇ ਨੇ ਕਿਉਂਕਿ ਸਾਨੂੰ ਪਤਾ ਹੈ ਉੱਥੇ ਚੋਣਾਂ ਨੇ ਸੋ ਦੇਸ਼ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਚੋਣਾਂ ਹੋਣਗੀਆਂ ਹੁਣ ਸਾਡੇ ਕਿਸਾਨ ਨੇ ਉਹ ਉੱਥੇ ਉੱਥੇ ਜਾਣਗੇ ਤੇ ਉਥੇ ਆਪਣੇ ਹਿਸਾਬ ਦੇ ਨਾਲ ਗੱਲ ਕਰਨਗੇ ਦੇਖੋ ਕਰਨਾਟਕਾ ਚ ਵੀ ਚੋਣਾਂ ਨੇ ਪੱਛਮੀ ਬੰਗਾਲ ਚ ਵੀ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਨੇ ਉੱਤਰ ਪ੍ਰਦੇਸ਼ ਚ ਵੀ ਨੇ ਪੰਜਾਬ ਤੋਂ ਬਾਅਦ ਆ ਪੰਜਾਬਸ ਤਾਂ ਅਗਲੇ ਸਾਲ ਤਿਆਰ ਖੜੀਆਂ ਨੇ ਸੋ ਹੁਣ ਕਿਸਾਨ ਕਹਿੰਦੇ ਅਸੀਂ ਚੋਣਾਂ ਚ ਪ੍ਰਚਾਰ ਕਰਾਂਗੇ ਜਾ ਕੇ ਔਰ ਮੈਂ ਤਾਂ ਇੱਥੋਂ ਤੱਕ ਹਮੇਸ਼ਾ ਕਹਿ ਰਿਹਾ ਕਿ ਕਿਸਾਨਾਂ ਨੂੰ ਪੋਲਿਟੀਕਲ ਪਾਰਟੀ ਵੀ ਆਪਣੀ ਬਣਾ ਲੈਣੀ ਚਾਹੀਦੀ ਹੈ ਪਰ ਵੱਖ-ਵੱਖ ਸੂਬਿਆਂ ਚ ਜਾ ਕੇ ਇਹਨਾਂ ਚੋਣਾਂ ਚ ਵੀ ਜਦੋਂ ਉਹ ਚੋਰ ਪ੍ਰਚਾਰ ਕਰਨਗੇ ਕਿਉਂਕਿ ਉਹਨਾਂ ਦੇ ਚੋਣ ਪ੍ਰਚਾਰ ਦਾ ਕਾਫੀ ਫਰਕ ਪਾਊਗਾ ਉਹ ਲੋਕ ਜਿਨ੍ਹਾਂ ਨੂੰ ਕਿਸਾਨੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਵੀ ਕਿਸਾਨੀ ਬਾਰੇ ਜਾਣਕਾਰੀ ਮਿਲੂਗੀ ਔਰ ਦੂਸਰਾ ਜਿਹੜਾ 2-3 ਦਿਨ ਪਹਿਲਾਂ ਕੇਐਮਪੀ ਤੇ ਉੱਤੇ ਜਿਹੜਾ ਕੀ ਪੂਰਾ ਨਾਮ ਹੈ ਕੇਐਮਪੀ ਦਾ ਕੁੰਡਲੀ ਮਾਨਸਰ ਕੁੰਡਲੀ ਮਾਨਸਰ ਪਲਵਲ ਜਿਹੜਾ ਇਹ ਜਿਹੜੇ ਰਸਤੇ ਸੀਏ ਇੱਥੇ ਬਹੁਤ ਭਾਰੀ ਜਾਮ ਲੱਗਿਆ ਸੀ ਬਹੁਤ ਵੱਡੇ ਜਾਮ ਲੱਗੇ ਰਹੇ ਔਰ ਮੁਲਕ ਚ ਥਾਂ-ਥਾਂ ਕਿਸਾਨਾਂ ਨੇ ਰੋਸ ਵਿਖਾਵੇ ਕੀਤੇ ਕਾਲੀਆਂ ਪੱਟੀਆਂ ਪਾਈਆਂ ਸੋ ਉਹਦੇ ਨਾਲ ਵੀ ਸਰਕਾਰ ਤੱਕ ਪੂਰਾ ਜਿਹੜਾ ਸੁਨੇਹਾ ਗਿਆ ਹੈ ਕਿ ਕਿਸਾਨ ਨੇ ਜਿਹੜੇ ਉਸੇ ਤਰ੍ਹਾਂ ਸੰਗਠਿਤ ਨੇ ਬਹੁਤ ਵੱਡੀ ਤਾਕਤ ਕਿਸਾਨਾਂ ਦੀ ਬਣੀ ਹੋਈ ਹੈ ਔਰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਪਊਗਾ ਔਰ ਸਿਆਸੀ ਦਾ ਕਿਸਾਨ ਖੇਡਣ ਲੱਗ ਗਏ ਦੇਖੋ ਹਰਿਆਣੇ ਦੇ ਵਿੱਚ ਤਾਂ ਸਥਿਤੀ ਇਹ ਬਣ ਗਈ ਗगन ਕਿ ਭੁਪਿੰਦਰ ਸਿੰਘ ਹੁੱਡਾ 10 ਮਾਰਚ ਨੂੰ ਵਿਸ਼ਵਾਸ ਮਤ ਲਿਆ ਰਹੇ ਨੇ ਸੋ ਉਹ ਉਹ ਪ੍ਰਸਤਾਵ ਲਿਆਉਣਗੇ ਉੱਥੇ ਕਿ ਹਰਿਆਣੇ ਦੀ ਸਰਕਾਰ ਆਪਣੇ ਆਪਣੀ ਭਰੋਸੇ ਦੀ ਵੋਟ ਹਾਸਲ ਕਰੇ ਸੋ ਮਨੋਰ ਲਾਲ ਖੱਟਰ ਉਹਨਾਂ ਨੂੰ ਵਿਧਾਨ ਸਭਾ ਦੇ ਤਲਤੇ ਸਾਬਤ ਕਰਨਾ ਪਊਗਾ ਵੀ ਮੇਰੇ ਕੋਲੇ ਬਹੁਮਤ ਹੈ ਔਰ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਉਹ ਕਹੀ ਜਾਂਦੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਕਈ ਕਹਿੰਦੇ ਇੱਕ ਦੋ ਕਹਿੰਦੇ ਅਸੀਂ ਇਸਤੀਫੇ ਦੇਤੇ ਸੋ ਹੁਣ ਜਦੋਂ ਸ਼ਕਤੀ ਪ੍ਰੀਖਣ ਹੋਣਾ ਹੈ ਉਹਨਾਂ ਨੇ ਜਦੋਂ ਮਤਾ ਲਿਆਉਣਾ ਹੈ ਬੇਪਰੋਸਗੀ ਦਾ ਅਗਰ ਉਹ ਬੇਪਰੋਸਗੀ ਦਾ ਮਤਾ ਸਰਕਾਰ ਹੋ ਜਾਂਦਾ ਮੈਨੂੰ ਲੱਗਦਾ ਹੈ ਕਿ ਉਹ ਸਵੀਕਾਰ ਹੋ ਜਾਊਗਾ ਕਿਉਂਕਿ ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਬਹੁਤ ਤਕੜੀ ਨਹੀਂ ਹੈ ਗਠਬੰਧਨ ਹੈ ਜੀ ਜੀ ਪੀ ਦੇ ਨਾਲ ਤਾਂ ਉਹਨਾਂ ਦੀ ਸਰਕਾਰ ਬਣੀ ਹੈ ਜੇ ਭਰੋਸਗੀ ਦਾ ਮਤਾ ਆ ਗਿਆ ਹਰਿਆਣੇ 'ਚ ਤੇ ਮਨੋਰ ਲਾਲ ਖੱਟੜ ਹੁਣਾਂ ਕੋਲੇ ਬਹੁਤ ਤਾਕਤ ਲੱਗੂਗੀ ਕਿ ਉਹ ਕਿਵੇਂ ਭਰੋਸੇ ਦਾ ਵੋਟ ਜਿੱਤਦੇ ਨੇ ਔਰ ਜੇ ਉਹ ਨਾ ਜਿੱਤ ਸਕੇ ਤੇ ਹਰਿਆਣੇ ਚ ਸਰਕਾਰ ਡਿੱਗ ਜਾਣੀ ਆ ਗਗਨ ਹੁਣ ਉਹ ਲੋਕ ਜਿਹੜੇ ਕਿਸਾਨਾਂ ਨੂੰ ਕਹਿੰਦੇ ਸੀ ਅਸੀਂ ਪਹਿਲਾਂ ਤੁਹਾਡੇ ਨਾਲ ਆ ਹੁਣ ਉਹਨਾਂ ਦੀ ਅਸਲੀਅਤ ਵੀ ਪਤਾ ਲੱਗ ਜੂਗੀ ਜਿਹੜੇ ਕਹਿੰਦੇ ਸੀ ਅਸੀਂ ਕਿਸਾਨੀ ਹੱਕ ਚ ਜੀ ਉੰਜ ਤਾਂ ਸਾਰੇ ਕਿਸਾਨੀ ਦੇ ਹੱਕ ਚ ਕਿਸਾਨੀ ਦੇ ਵਿਰੋਧ ਚ ਕੋਈ ਨਹੀਂ ਪਰ ਇਹਨਾਂ ਮੁੱਦਿਆਂ ਤੇ ਜਿਹੜੇ ਮਤਭੇਦ ਨੇ ਹੁਣ ਅੰਦੋਲਨਕਾਰੀ ਕਿਸਾਨਾਂ ਨਾਲ ਕੌਣ ਖੜਾ ਹੈ ਤੇ ਕੌਣ ਨਹੀਂ ਖੜਾ ਇਹ ਨਿਪਟਾਰਾ ਹੋ ਜਾਣਾ ਹੈ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਔਰ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ 10 ਮਾਰਚ ਤੋਂ ਬਾਅਦ ਵੱਡੇ ਸਿਆਸੀ ਡਰਾਮੇ ਹੋਣਗੇ ਗਗਨਜੀ ਤੁਸੀਂ ਲਿਖ ਲਓ ਅੱਜ ਜੀ ਅੱਜ ਆਪਾਂ 8 ਮਾਰਚ 'ਚ ਬੈਠੇ ਆਂ ਦੋ ਦਿਨ ਹੋਰ ਨੇ ਸੋ ਵੱਡੇ ਸਿਆਸੀ ਡਰਾਮਿਆਂ ਦੀ ਸੰਭਾਵਨਾ ਹੈ ਹਰਿਆਣਾ 'ਚ ਔਰ ਹਰਿਆਣਾ 'ਚ ਅਗਰ ਅਗਰ ਬੇਪਰੋਸਗੀ ਦਾ ਮਤਾਂ ਨਾ ਜਿੱਤ ਸਕੇ ਮਨੋਰ ਲਾਲ ਖੱਟੜ ਤੇ ਇਹਦਾ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਇਹ ਸਰਕਾਰਾਂ ਨੂੰ ਵੀ ਜਾਊਗਾ ਸਮੇਂ-ਸਮੇਂ ਤੇ ਕਿ ਅਸੀਂ ਕਿਸਾਨਾਂ ਦੀਆਂ ਗੱਲਾਂ ਨੂੰ ਕਿਵੇਂ ਸੁਣਨਾ ਹੈ ਸਮਝਣਾ ਹੈ ਮਹਿਸੂਸ ਕਰਨਾ ਹੈ ਉਹਨਾਂ ਨੂੰ ਕਿਵੇਂ ਨਿਬੇੜਨਾ ਹੈ ਉਹਨਾਂ ਨਾਲ ਆਮ ਸਹਿਮਤੀ ਕਿਵੇਂ ਬਣਾਉਣੀ ਹੈ ਔਰ ਦੂਸਰਾ ਜਿਹੜਾ ਇੱਕ ਹੋਰ ਬੜਾ ਅਹਿਮ ਪੁਆਇੰਟ ਹੈ ਜਿਹੜਾ ਮੈਂ ਸਾਂਝਾ ਕਰਨਾ ਚਾਹੁੰਦਾ ਇਸ ਵਕਤ ਕਿ ਕਿਸਾਨ ਅੰਦੋਲਨ ਪੂਰੇ ਮੁਲਕ ਦੇ ਵਿੱਚ ਪੋਲਿਟੀਕਲ ਤੌਰ ਦੇ ਉੱਤੇ ਜਦੋਂ ਐਕਟਿਵ ਹੋ ਜਾਂਦਾ ਹੈ ਤੇ ਫਿਰ ਕਿਸਾਨ ਆਉਣ ਵਾਲੇ ਸਮੇਂ 'ਚ ਇਹ ਵੀ ਫੈਸਲਾ ਕਰ ਸਕਦੇ ਨੇ ਕਿ ਅਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਤੇ ਕਿਹੜੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਤੇ ਜਦੋਂ ਕਿਸਾਨ ਅੰਦੋਲਨ ਇਸ ਪਾਸੇ ਤੁਰ ਪੇ ਵੀ ਅਸੀਂ ਇਸ ਪਾਰਟੀ ਨੂੰ ਵੋਟ ਪਾਉਣੀ ਹੈ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਤੇ ਉਹਦੇ ਨਾਲ ਮੁਲਕ ਦੀ ਜਿਹੜੀ ਸਿਆਸਤ ਹੈ ਗਗਨਜੀਓ ਪੂਰੀ ਬਦਲ ਸਕਦੀ ਹੈ ਬਾਕੀ ਕਿਸਾਨਾਂ ਦਾ ਰੁਖ ਦੇਖ ਕੇ ਕੇਐਮਪੀ ਦਾ ਅੰਦੋਲਨ ਦੇਖ ਕੇ ਨਰਿੰਦਰ ਤੋਮਰ ਉਹਨਾਂ ਦਾ ਵੀ ਬਿਆਨ ਆ ਗਿਆ ਇੱਕ ਸਮਾਗਮ 'ਚ ਨਰਿੰਦਰ ਤੋਮਰ ਹੁਣੀ ਗਏ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਹਮੇਸ਼ਾ ਹੀ ਸਰਕਾਰ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ ਨਰਿੰਦਰ ਤੋਮਰ ਹੁਣੀ ਕਹਿੰਦੇ ਕਿ ਪ੍ਰਧਾਨ ਮੰਤਰੀ ਹੁਨਾਂ ਦੇ ਨਿਰਦੇਸ਼ਾਂ ਤੇ 11 12 ਵਾਰ ਤਾਂ ਮੈਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਐ ਬੈਠਕਾਂ ਕੀਤੀਆਂ ਨੇ ਪਾਰਲੀਮੈਂਟ ਦੇ ਵਿੱਚ ਵੀ ਸਾਰੀ ਗੱਲ ਰੱਖੀ ਐ ਸੋ ਨਰਿੰਦਰ ਤੋਮਰ ਇਹ ਕਹਿ ਰਹੇ ਨੇ ਵੀ ਕਿਸਾਨਾਂ ਦੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਐ ਔਰ ਉਹਦਾ ਨਾਲ ਉਹਦੇ ਨਾਲ ਕਿਸਾਨੀ ਦਾ ਹੀ ਨੁਕਸਾਨ ਹੋ ਰਿਹਾ ਸੋ ਨਰਿੰਦਰ ਤੋਮਰ ਕਹਿੰਦੇ ਪਰ ਅਸੀਂ ਗੱਲਬਾਤ ਲਈ ਤਿਆਰ ਆ ਪਰ ਇਹ ਪਹਿਲਾਂ ਵੀ ਨਰਿੰਦਰ ਤੋਮਰ ਹੁਨਾਂ ਨੇ ਕਿਹਾ ਸੀ ਵੀ ਅਸੀਂ ਆਪਣਾ ਸਭ ਤੋਂ ਵੱਡਾ ਪ੍ਰਸਤਾਵ ਦੇ ਚੁੱਕੇ ਆ ਕਿ ਅਸੀਂ 1.5 ਸਾਲ ਹੀ ਕਾਨੂੰਨ ਮਲਤਵੀ ਕਰਾਂਗੇ ਪਰ ਕੀ ਹੁਣ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਹੋਏਗੀ ਕਿਸ ਬਿੰਦੂ ਤੇ ਸ਼ੁਰੂ ਹੋਏਗੀ ਹਜੇ ਇਹਦਾ ਅੰਦਾਜ਼ਾ ਨਹੀਂ ਪਰ ਉਧਰ ਦੇਖੋ ਤਕੈਤ ਨੇ ਜਿਹੜੇ ਰਕੇਸ਼ ਤਕੈਤ ਨੇ ਗਗਨ ਜੀ ਉਹ ਤਾਂ ਖੁੱਲ ਗਈ ਪੋਲਿਟੀਕਲ ਪਾਰਟੀਆਂ ਨੂੰ ਵਗਾਰਨ ਲੱਗ ਗਏ ਪੋਲਿਟੀਕਲ ਸਿਸਟਮ ਨੂੰ ਖੁੱਲ ਕੇ ਹੀ ਰਕੇਸ਼ ਤਕੈਤ ਅੱਜਕੱਲ ਚੁਣੌਤੀ ਦੇ ਰਹੇ ਨੇ ਵੀ ਅਸੀਂ ਵੋਟਾਂ 'ਚ ਦੇਖ ਲਾਂਗੇ ਸੋ ਇਹ ਹੁਣ ਦੇਖੋ ਕਿਸ ਪਾਸੇ ਨੂੰ ਜਾਂਦੀ ਹੈ ਜਿਹੜੀ ਮੁਲਕ ਦੀ ਜਿਹੜੀ ਕਿਸਾਨਾਂ ਦੀ ਇਹ ਰਣਨੀਤੀ ਹੈ ਸਿਆਸਤ ਵਾਲੀ ਇਹ ਕਿਸ ਪਾਸੇ ਨੂੰ ਜਾਂਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਹਜੇ ਵੀ ਮੈਂ ਇਹੀ ਚਾਹੁੰਦਾ ਹਮੇਸ਼ਾ ਕਿ ਸਰਕਾਰ ਤੇ ਕਿਸਾਨਾਂ ਚ ਆਮ ਸਹਿਮਤੀ ਬਣ ਜੇ ਕਿਸੇ ਮੁੱਦੇ ਤੇ ਆਮ ਸਹਿਮਤੀ ਬਣ ਜੇ ਤੇ ਇਹ ਅੰਦੋਲਨ ਖਤਮ ਹੋਵੇ ਸਰਕਾਰ ਵੀ ਸਾਡੀ ਆ ਕਿਸਾਨ ਵੀ ਸਾਡੇ ਨੇ ਮਿਲ ਜੁਲ ਕੇ ਮਸਲੇ ਨਿਬੜਨੇ ਚਾਹੀਦੇ ਨੇ ਜੀ ਬਿਲਕੁਲ ਸੋ ਕਿਸਾਨਾਂ ਦੇ ਵੱਲੋਂ ਹੁਣ ਜਿਹੜੇ ਐਲਾਨ ਕੀਤੇ ਜਾਣੇ ਆ ਉਹਨਾਂ ਐਲਾਨਾਂ ਦੇ ਵੱਲ ਵੀ ਨਿਗਾਹ ਜ਼ਰੂਰ ਰੱਖਾਂਗੇ ਕਿਉਂਕਿ 10 ਤਰੀਕ ਨੂੰ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਜਿਹੜਾ ਖਤਮ ਹੋ ਜਾਣਾ ਹੈ ਤੇ ਉਧਰ ਦੂਜੇ ਪਾਸੇ 11 ਤਰੀਕ ਨੂੰ ਕਿਸਾਨਾਂ ਦੇ ਐਲਾਨ ਹੋਣੇ ਨੇ ਸੋ ਇਹ ਵੀ ਕੀਤੇ ਨਾ ਕਿਤੇ ਇੱਕ ਵੱਡਾ ਮਸਲਾ ਬਣ ਸਕਤੇ ਨੇ ਕਿ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਜੇਕਰ ਉਦੋਂ ਤੱਕ ਕੁਝ ਨਹੀਂ ਹੁੰਦਾ ਤਾਂ ਲੱਗਦਾ ਡੱਲਾ ਸਾਹਿਬ ਕਿ ਕਿਸਾਨ ਵੀ ਇਸ ਚੀਜ਼ ਦੀ ਉਡੀਕ ਕਰ ਰਹੇ ਨੇ ਕਿ 10 ਤਰੀਕ ਤੱਕ ਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੁਝ ਵੱਡਾ ਨਹੀਂ ਹੁੰਦਾ ਤਾਂ ਉਹ 11 ਤਰੀਕ ਨੂੰ ਐਲਾਨ ਕਰਨਗੇ ਲੇਕੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤਾਂ ਕੁਝ ਵੱਡਾ ਹੋਣਾ ਨਹੀਂ ਗਾ ਪੰਜਾਬ ਦੀ ਵਿਧਾਨ ਸਭਾ ਚ ਮੈਨੂੰ ਲੱਗਦਾ ਸੀਗਾ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਨਵੇਂ ਸਿਰੇ ਤੋਂ ਵਿਚਾਰ ਕੇ ਕੁਈ ਨਵੇਂ ਸ਼ੋਧ ਮਤੇ ਲਿਆਂਦੇ ਜਾਣਗੇ ਨਵੇਂ ਸਿਰੇ ਤੋਂ ਇਹ ਕਾਨੂੰਨ ਰੱਦ ਕਰਕੇ ਨਵੇਂ ਕਾਨੂੰਨ ਪ੍ਰਸਤਾਵ ਪਾਸ ਕਰਕੇ ਸ਼ੋਧ ਬਿੱਲਾਂ ਦੇ ਕਾਨੂੰਨੀ ਸ਼ੋਧ ਬਿੱਲ ਨਵੇਂ ਸਿਰੇ ਤੋਂ ਲਿਆ ਕੇ ਇਹਨਾਂ ਕਾਨੂੰਨਾਂ ਦੇ ਖਿਲਾਫ ਮਤੇ ਪਾ ਕੇ ਜੋ ਪਹਿਲਾਂ ਰੱਦ ਕੀਤੇ ਗਏ ਸੀ ਕਿ ਸ਼ਾਇਦ ਉਹੀ ਪ੍ਰਕਿਰਿਆ ਜਿਹੜੀ ਪੰਜਾਬ ਦੀ ਵਿਧਾਨ ਸਭਾ ਚ ਸਰਕਾਰ ਅਪਣਾਏਗੀ ਪਰ ਅਜਿਹਾ ਨਹੀਂ ਹੋਇਆ ਇੱਕ ਨਿੰਦਾ ਮਤਾ ਲਿਆਂਦਾ ਪੰਜਾਬ ਦੀ ਸਰਕਾਰ ਨੇ ਔਰ ਵਿਰੋਧ ਮਤਾ ਇੱਕ ਪਾਸ ਜਰੂਰ ਕੀਤਾ ਪਰ ਉਸ ਤਰੀਕੇ ਨਾਲ ਨਹੀਂ ਹੋਇਆ ਜਿਵੇਂ ਪਹਿਲਾਂ ਸ਼ੋਧ ਬਿੱਲ ਪਾਸ ਕਰਕੇ ਰਾਜਪਾਲ ਨੂੰ ਭੇਜੇ ਗਏ ਸੀ ਉਹ ਦੁਬਾਰਾ ਉਹ ਜਿਹੜਾ ਘਟਨਾਕ੍ਰਮ ਸਾਨੂੰ ਨਹੀਂ ਲਿਖਿਆ ਔਰ ਹੁਣ ਬਜਟ ਸੈਸ਼ਨ ਹੈ ਅੱਜ ਅੱਜ ਜਾਂ ਕੱਲ ਅੱਜ ਬਜਟ ਪੇਸ਼ ਹੋਣ ਦਾ ਦਿਨ ਹੈ ਸੋ 8 ਤੇ 9 ਦਿਨ ਨੇ ਅੱਜ ਅਗਰ ਬਜਟ ਪੇਸ਼ ਹੁੰਦਾ ਹੈ ਤੇ ਕੱਲ ਉਹ ਪਾਸ ਹੋਊਗਾ ਤੇ ਕੱਲ ਔਰ ਪਰਸੋਂ ਉਹਦੇ ਤੇ ਮਾੜੀ ਮੋਟੀ ਬਹਿਸ ਹੋਊਗੀ ਤੇ ਵਿਧਾਨ ਸਭਾ ਸੈਸ਼ਨ ਖਤਮ ਹੋ ਜਾਣੀ ਹੈ ਪਹਿਲਾਂ ਸ਼ੁੱਕਰ ਸ਼ਨੀਵਾਰ ਸ਼ਨੀ ਐਤਵਾਰ ਦੀ ਪਹਿਲਾਂ ਹੀ ਛੁੱਟੀ ਨਿਕਲ ਗਈ ਸੋ ਪਹਿਲੇ ਦਿਨ ਤਾਂ ਸਿਰਫ ਸ਼ਰਧਾਂਜਲੀਆਂ ਦਿੱਤੀਆਂ ਸੀ ਸੋ 4 ਦਿਨ ਕੰਮ ਹੋਇਆ ਸੋਮਵਾਰ ਨੂੰ ਤਾਂ ਸ਼ਰਧਾਂਜਲੀਆਂ ਦਿੱਤੀਆਂ ਤੇ ਕੰਮ ਖਤਮ ਹੋ ਗਿਆ ਮੰਗਲ ਬੁੱਧ ਵੀਰ ਸ਼ੁੱਕਰ 4 ਦਿਨ ਰਾਲੇ ਰੱਪੇ ਸਿਆਸੀ ਡਰਾਮੇ ਚਲੋ ਕਈ ਨਵੇਂ ਖਰੜੇ ਵੀ ਆਏ ਥੋੜਾ ਬੋਤਾ ਕੰਮ ਵੀ ਹੋਇਆ ਇਹ ਜੀ ਗੱਲ ਨਹੀਂ ਕੰਮ ਨਹੀਂ ਹੋਇਆ ਪਰ ਕੋਈ ਬਹੁਤ ਉਸਾਰੂ ਵਿਧਾਨ ਸਭਾ ਦਾ ਸੈਸ਼ਨ ਨਹੀਂ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਹੁਣ 10 ਮਾਰਚ ਕਿਸਾਨ ਵਿਧਾਨ ਸਭਾ ਪੰਜਾਬ ਵਾਲਾ ਸੈਸ਼ਨ ਉਡੀਕਤੇ ਹੋਣਗੇ ਹਾਂ ਇਹ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਨੇ ਕੋਈ ਅਜੇ ਹੀ ਰਣਨੀਤੀ ਬਣਾਈ ਹੋਵੇ ਕਿ ਅੱਠ ਨੂੰ ਅਸੀਂ ਬਜਟ ਪਾਸ ਕਰਾ ਲਈਏ ਔਰ 18 ਨੌ ਨੂੰ ਅਸੀਂ 8 ਨੂੰ ਪੇਸ਼ ਕਰੀਏ 9 ਨੂੰ ਪਾਸ ਕਰਾ ਲਈਏ ਤੇ 10 ਨੂੰ ਕੋਈ ਖੇਤੀ ਕਾਨੂੰਨਾਂ ਤੇ ਕੈਪਟਨ ਅਮਰਿੰਦਰ ਕੋਈ ਨਵਾਂ ਲੁਕਮਾ ਏਜੰਡਾ ਲੈ ਆਵੇ ਕੋਈ ਨਵੇਂ ਕਿਸਾਨੀ ਕਾਨੂੰਨ ਪੰਜਾਬ ਨਾਲ ਸੰਬੰਧਿਤ ਬਣਾ ਦੇਣ ਕੋਈ ਐਮਐਸਪੀ ਪੰਜਾਬ ਵੱਲੋਂ ਕੋਈ ਫਸਲਾਂ ਤੇ ਲਾ ਦੇਣ ਜਾਂ ਜਿਹੜੇ ਪਹਿਲੇ ਸ਼ੋਧ ਮਤੇ ਸੀ ਉਹਨਾਂ ਨੂੰ ਨਵੇਂ ਸਿਰੇ ਤੋਂ ਰੱਦ ਕਰਕੇ ਕੋਈ ਨਵੇਂ ਬਿੱਲ ਪਾਸ ਕਰਕੇ ਕਾਨੂੰਨ ਪਾਸ ਕਰਕੇ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਗਵਰਨਰ ਨੂੰ ਭੇਜ ਦੇਣ ਇਹ 10 ਤਰੀਕ ਨੂੰ ਕੋਈ ਸਰਪ੍ਰਾਈਜ਼ ਦੇ ਸਕਦੇ ਨੇ ਕੈਪਟਨ ਅਮਰਿੰਦਰ ਪਰ ਉਮੀਦ ਥੋੜੀ ਜੀ ਹੁਣ ਘਟ ਹੈ ਜੀ ਇਹਦਾ ਲਾਸਟ ਇਸ ਦੇ ਨਾਲ ਹੀ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਾਂਗੇ ਹੁਣ ਨਵਜੋਤ ਸਿੰਘ ਸਿੱਧੂ ਦੇ ਸੋਸ਼ਲ ਮੀਡੀਆ ਦੇ ਉੱਤੇ ਪੁਰਾਣੀਆਂ ਵੀਡੀਓ ਦੁਬਾਰਾ ਚਰਚਾ ਵਿੱਚ ਆ ਰਹੀਆਂ ਨੇ ਇਹਨਾਂ ਵੀਡੀਓਜ਼ ਨੂੰ ਲੈ ਕੇ ਪੰਜਾਬ ਦੇ ਬਜਟ ਦੇ ਨਾਲ ਵੀ ਜੋੜਿਆ ਜਾ ਰਿਹਾ ਕਿ ਪੰਜਾਬ ਦੇ ਬਜਟ ਨੂੰ ਲੈ ਕੇ ਵੀ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਵੀਡੀਓ ਦੇ ਜ਼ਰੀਏ ਟਿੱਪਣੀ ਕਰ ਰਹੇ ਨੇ ਇਹਦਾ ਵੀਡੀਓ ਦਾ ਮਤਲਬ ਕੀ ਸਮਝੋ ਇਹ ਦੇਖੋ ਇਹ ਵੀਡੀਓ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਹਿ ਰਿਹਾ ਕਿ ਇਹ 2017 ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਨੇ ਜ਼ਿਆਦਾਤਰ ਜਿਹੜੀਆਂ ਮੈਂ ਦੇਖੀਆਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਅੱਜ ਵੀ ਉੱਥੇ ਖੜ੍ਹਾ ਨਵਜੋਤ ਸਿੰਘ ਸਿੱਧੂ ਸੰਕੇਤਕ ਤੌਰ ਤੇ ਨਵਜੋਤ ਸਿੰਘ ਸਿੱਧੂ ਦੀਆਂ ਵੀਡੀਓ ਵਾਇਰਲ ਹੋ ਗਈਆਂ ਚਰਚਾ 'ਚ ਨੇ ਮਤਲਬ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਗੱਲਾਂ 2017 ਤੋਂ ਪਹਿਲਾਂ ਕਹੀਆਂ ਸੀ ਅੱਜ ਵੀ ਉਸੇ ਤਰ੍ਹਾਂ ਹੀ ਖੜੀਆਂ ਨੇ ਅੱਜ ਵੀ ਮਾਈਨਿੰਗ ਮਾਫੀਆ ਹਾਂ ਹੁਣ ਕਹਿੰਦੇ ਆਪਾਂ ਮਾਈਨਿੰਗ ਨੂੰ ਕੰਟਰੋਲ ਕਰਨ ਲਈ ਆ ਸ਼ੁੱਕਰਵਾਰ ਨੂੰ ਇਹਨਾਂ ਨੇ ਮਤਾ ਪਾਸ ਕੀਤਾ ਨਵਾਂ ਕੋਈ ਸੋਧ ਲਿਆਂਦੀ ਹੈ ਅਮੈਜਮੈਂਟ ਕੀਤੀ ਹੈ ਕਹਿੰਦੇ ਵੀ ਹੁਣ ਈਡੀ ਵਾਂਗ ਕੋਈ ਅਸੀਂ ਇਨਫੋਰਸਮੈਂਟ ਡਾਇਰੈਕਟੋਰੇਟ ਬਣਾਵਾਂਗੇ ਵੀ ਜਿਹੜਾ ਮਾਈਨਿੰਗ ਤੇ ਸ਼ਿਕੰਜਾ ਕਸੂਗਾ ਹੁਣ ਤਾਂ ਸਾਲ ਲੱਗ ਗਿਆ ਚੋਣਾਂ ਨੂੰ ਪਤਾ ਨਹੀਂ ਉਹ ਈਡੀ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦਾ ਕਦੋਂ ਬਣਨਾ ਹੈ ਕਦੋਂ ਉਹਦੇ ਅਫਸਰ ਬਣਨਗੇ ਕਦੋਂ ਉਹ ਕੰਮ ਸ਼ੁਰੂ ਕਰੂਗਾ ਹੁਣ ਤਾਂ ਜਾਂਦੀ ਵਾਰ ਦੇ ਮੇਲੇ ਨੇ ਇੱਕ ਸਾਲ ਲੱਗ ਗਿਆ ਪਤਾ ਨਹੀਂ ਲੱਗਣਾ ਗगन ਬਿਲਕੁਲ ਹਾਂਜੀ ਪਤਾ ਨਹੀਂ ਲੱਗਦਾ ਜਿਵੇਂ ਕਾਲਜ ਦੇ ਦਿਨਾਂ 'ਚ ਨਾ ਆਖੀਰਲੇ ਮਹੀਨੇ ਦਾ ਪਤਾ ਨਹੀਂ ਲੱਗਦਾ ਮਿੰਟ 'ਚ ਕਾਲਜ ਪੇਪਰ ਆ ਜਾਂਦੇ ਆ ਸੋ ਹੁਣ ਆਹ ਸਾਲ ਤਾਂ ਚੋਣ ਪ੍ਰਚਾਰਾਂ 'ਚ ਰਣਨੀਤੀ ਘੜਨ ਦੇ ਵਿੱਚ ਹੀ ਨਿਕਲ ਜਾਣਾ ਪੋਲਿਟਿਕਲ ਪਾਰਟੀਆਂ ਦਾ ਸੋ ਚਲੋ ਫਿਰ ਵੀ ਹੁਣ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਮੰਗਾਂ 2017 ਤੋਂ ਪਹਿਲਾਂ ਅਸੀਂ ਅੱਜ ਵੀ ਉਸੇ ਤਰ੍ਹਾਂ ਖੜੀਆਂ ਨੇ ਔਰ ਜਦੋਂ ਉਹ ਵੀਡੀਓ ਉਹ ਵੀਡੀਓ ਵਾਇਰਲ ਕਿਉਂ ਨੇ ਉਹ ਵੀਡੀਓ ਇਸ ਕਰਕੇ ਵਾਇਰਲ ਹੋ ਰਹੀਆਂ ਨੇ ਕਿ ਜਦੋਂ ਤੁਸੀਂ ਉਹਦੇ 'ਚ ਤੱਤ ਸੁਣਦੇ ਹੋ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਸੁਣਦੇ ਹੋ ਪੰਜਾਬ ਦੇ ਹੱਕ 'ਚ ਪੰਜਾਬ ਨੂੰ ਕੀ ਕੀ ਚਾਹੀਦਾ ਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਅੱਜ ਵੀ ਲੋੜ ਹੈ ਔਰ ਮੈਂ ਸਰਕਾਰੀ ਪ੍ਰੈਸ ਨੋਟ ਪੜ੍ਹ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੱਕ ਸਰਕਾਰੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਇੱਕ ਨਵਾਂ ਅਜੰਡਾ ਵੀ ਜਾਰੀ ਕੀਤਾ ਗਿਆ ਗगन ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਣਾ ਮੇਰੇ ਕੋਲੇ ਕੁਝ ਪੁਆਇੰਟ ਕੱਢੇ ਨੇ ਦੇਖੋ ਹੁਣ ਇੱਕ ਨਵਾਂ ਏਜੰਡਾ ਬਣਾਇਆ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਸੱਤ ਨੁਕਾਤੀ ਏਜੰਡਾ ਸ਼ਾਮਿਲ ਕੀਤਾ ਗਿਆ ਮੁੱਖ ਮੰਤਰੀ ਨੇ ਉਸ ਦਿਨ ਆਪਣੇ ਭਾਸ਼ਣ ਚ ਕਿਹਾ ਜਦੋਂ ਗਵਰਨਰ ਦੇ ਭਾਸ਼ਣ ਤੇ ਬੋਲ ਰਹੇ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਨੇ ਕਹਿੰਦੇ 2017 ਦੀਆਂ ਚੋਣਾਂ ਸਮੇ ਪੰਜਾਬ ਦੇ ਲੋਕਾਂ ਨਾਲ ਕੀਤੇ 546 ਵਾਅਦਿਆਂ ਵਿੱਚੋਂ ਵਚਨਵੱਧਤਾਵਾਂ ਵਾਅਦਿਆਂ ਵਿੱਚੋਂ ਉਹਨਾਂ ਦੀ ਸਰਕਾਰ ਨੇ 455 ਪੂਰੀਆਂ ਕਰਤੀਆਂ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ ਸੀ ਵੀ ਸਾਨੂੰ ਅਖਬਾਰਾਂ ਤੋਂ ਹੀ ਪਤਾ ਲੱਗਣਾ ਵੀ ਹੁਣ ਕਿੰਨੇ ਪੂਰੇ ਕਰਤੇ ਦੇਖੋ ਜੀ ਕਹਿੰਦੇ ਹੈ ਜੀ ਜੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਤੁਹਾਨੂੰ ਪਤਾ ਲੱਗਿਆ ਵੀ 400 ਤੋਂ ਵੱਧ ਵਾਰੇ ਵਾਦੇ ਤਾਂ ਪੂਰੇ ਕਰਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਬਿਲਕੁਲ ਪਰ ਸਾਨੂੰ ਜ਼ਮੀਨ ਤੇ ਬਦਲਾ ਕਿਉਂ ਨਹੀਂ ਦਿਖ ਰਿਹਾ ਕਿਉਂਕਿ ਕਈ ਵਾਦੇ ਅਜੇ ਪੂਰੇ ਹੋਏ ਨੇ ਜਿਨ੍ਹਾਂ ਦਾ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਉਹਨਾਂ ਗਹਿਰਾਈ ਨਾਲ ਸੰਬੰਧ ਨਹੀਂ ਕੀਦੇ ਨਾਲ ਸੰਬੰਧ ਹੁਣ ਸਤਨਕਾਤੀ ਏਜੰਡਾ ਜਿਹੜਾ ਜਾਰੀ ਕੀਤਾ ਹੈ ਗगन ਜੇ ਮੈਂ ਥੋੜਾ ਜਿਹਾ ਕੱਪੜਾ ਛਾਂ ਇਹਦਾ ਵੀ ਕਰਦਾ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ 2017 ਤੋਂ ਪਹਿਲਾਂ ਕਹਿੰਦੇ ਸੀ ਘਰ ਘਰ ਨੌਕਰੀ ਜੀ ਸੋ ਪਹਿਲਾਂ ਸ਼ੁਰੂ ਸ਼ੁਰੂ ਚ ਕਹਿੰਦੇ ਸੀ ਵੀ ਇਹ 5 ਸਾਲ ਲਈ ਵਾਅਦਾ ਹੈ ਇਹ 5 ਸਾਲ ਚ ਪੂਰੇ ਕਰਨੇ ਯਾਦ ਹੈ ਤੁਹਾਨੂੰ ਬਿਲਕੁਲ ਜਦੋਂ ਸ਼ੁਰੂ ਚ ਕਹਿੰਦੇ ਸੀ ਕਹਿੰਦੇ ਵੀ 1 ਸਾਲ ਚ ਨਹੀਂ ਕਰਨੇ ਤਾਂ 5 ਸਾਲ ਚ ਪੂਰੇ ਕਰਨੇ ਨੇ ਹੁਣ ਘਰ ਘਰ ਨੌਕਰੀ ਪੰਜਾਬ ਚ ਆ ਪੰਜ ਸਾਲ ਹੋਣ ਵਾਲੇ ਆ ਆ 4 ਸਾਲ ਹੋ ਗਏ ਘੱਟੋ ਘੱਟ ਹੋਰ ਨਹੀਂ 50% ਸਾਡੇ ਨੌਜਵਾਨਾਂ ਨੂੰ ਤਾਂ ਨੌਕਰੀ ਮਿਲ ਜਾਂਦੀ। ਸੋ ਪੰਜਾਬ ਦੇ 50% ਘਰਾਂ 'ਚ ਤਾਂ ਇੱਕ ਮੁਲਾਜ਼ਮ ਹੁੰਦਾ। ਬਿਲਕੁਲ। ਘੱਟੋ ਘੱਟ ਹੁਣ ਦੇਖੋ ਨਵੀਂ ਚੀਜ਼ ਆ ਗਈ ਹੁਣ ਜਿਹੜਾ ਸਤ ਨਿਕਾਤੀ ਪ੍ਰੋਗਰਾਮ ਹੈ ਉਹਦੇ ਵਿੱਚ ਹੁਣ ਕੀ ਕਹਿੰਦੇ ਨੇ? ਕਹਿੰਦੇ ਅਸੀਂ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਨ ਦੇ ਯੋਗ ਬਣਾ ਕੇ ਉਹਨਾਂ ਦਾ ਸਸ਼ਕਤੀਕਰਨ ਕਰਾਂਗੇ। ਹੁਣ ਤੁਸੀਂ ਦੇਖੋ। ਘਰ ਘਰ ਨੌਕਰੀ ਤਾਂ ਹੀ ਮਿਲਣੀ ਸੀ ਨਾ ਜਿਹੜੇ ਲੋਕ ਨੌਕਰੀ ਦੇ ਯੋਗ ਹੁੰਦੇ। ਬਿਲਕੁਲ। ਹੁਣ ਕਹਿੰਦੇ ਅਸੀਂ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜਨ ਦੇ ਯੋਗ ਬਣਾ ਕੇ ਹੁਣ 1 ਸਾਲ 'ਚ ਸੂਬੇ ਦੇ ਨੌਜਵਾਨਾਂ ਨੂੰ ਪੈਰਾਂ 'ਤੇ ਖੜਨ ਦੇ ਯੋਗ ਕਿਵੇਂ ਬਣਾ ਦੇਣਗੇ ਜੀ ਬਿਲਕੁਲ 1 ਸਾਲ 'ਚ ਬਣ ਜਾਣਗੇ ਬਿਲਕੁਲ ਨਹੀਂ ਛੁਪੜਾਈ ਲਿਖਾਈ ਕਰਕੇ ਹੀ ਬੰਦਾ ਯੋਗ ਬਣਦਾ ਨਾ ਪੜ੍ਹਾਈ ਲਿਖਾਈ ਕਰਨ ਵਾਲੇ ਤਾਂ ਕਿੰਨੇ ਯੋਗ ਨੇ ਸਾਡੇ ਨੌਜਵਾਨ ਆਹ ਕਿਸਾਨ ਅੰਦੋਲਨ 'ਚ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੈਠੇ ਨੇ ਕੋਈ ਦੇਖੋ ਕਿੰਨੇ ਕਿੰਨੇ ਉਹਨਾਂ ਨੇ ਉੱਥੇ ਖੋਜਾਂ ਰੂਪੀ ਆਪਣੇ ਕੰਮ ਕੀਤੇ ਨੇ ਸੋ ਇਸ ਕਰਕੇ ਹੁਣ ਮੈਂ ਇਹ ਕਹੂੰਗਾ ਕਿ ਵਾਦਿਆਂ ਦਾ ਪਾਰਟ 2 ਸ਼ੁਰੂ ਹੋਣ ਵਾਲਾ ਚੋਣਾਂ ਤੋਂ ਪਹਿਲਾਂ ਦਾ ਬਿਲਕੁਲ ਹੈ ਜੀ ਇਹ ਪ੍ਰੀ ਚੋਣ ਵਾਦੇ ਸ਼ੁਰੂ ਹੋਣ ਵਾਲੇ ਮੈਂ ਇਹ ਕਹੂੰਗਾ ਵੀ ਹੁਣ ਕਹਿੰਦੇ ਘਰ-ਘਰ ਨੌਕਰੀ ਵਾਲੀ ਗੱਲ ਖਤਮ ਕਰਤੀ ਦੇਖੋ ਇਸ ਸੱਤ ਨਿਕਾਤੀ ਝੰਡੇ 'ਚ ਸ਼ਾਮਲ ਹੋਣਾ ਚਾਹੀਦਾ ਸੀ ਵੀ ਜਿਹੜਾ ਸਾਡਾ ਵਾਅਦਾ ਸੀ ਘਰ-ਘਰ ਨੌਕਰੀ ਦਾ ਉਹਨੂੰ ਅਸੀਂ ਮੁਕੰਮਲ ਕਰ ਦਾਂਗੇ ਵੀ ਅਸੀਂ ਘਰ-ਘਰ ਨੌਕਰੀ ਦੇ ਕੇ ਹਟਾਂਗੇ 2022 ਦੀਆਂ ਚੋਣਾਂ ਤੋਂ ਪਹਿਲਾਂ ਜੇ ਕੋਈ ਨਹੀਂ ਵੀ ਲਊਗਾ ਕਿਸੇ ਘਰ 'ਚ ਨੌਕਰੀ ਤੇ ਫਿਰ ਅਸੀਂ ਦੇਖਾਂਗੇ ਵੀ ਕਿਉਂ ਨਹੀਂ ਕਰਨੀ ਨੌਕਰੀ ਨੌਕਰੀ ਲਾਜ਼ਮੀ ਹੋਣੀ ਚਾਹੀਦੀ ਹੈ ਯੋਗਤਾ ਤੇ ਸਮਰੱਥਾ ਤੇ ਸਿੱਖਿਆ ਦੇ ਮੁਤਾਬਕ ਨੌਕਰੀ ਲਾਜ਼ਮੀ ਹੋਣੀ ਚਾਹੀਦੀ ਹੈ ਹੁਣ ਇਹ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਸਿਆਸੀ ਗੱਲਾਂ ਹੋ ਰਹੀਆਂ ਨੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਵੀਡੀਓ ਨੇ ਉਹ ਵਾਇਰਲ ਹੁੰਦੀਆਂ ਨੇ ਕਿਉਂਕਿ ਗੱਲਾਂ ਉਹੀ ਸਾਹਮਣੇ ਮੁਰਮੜ ਆਉਂਦੀਆਂ ਨੇ ਵੀ ਜਿਹੜੀਆਂ ਸਿੱਧੂ ਨੇ ਕਹੀਆਂ ਸੀ ਉਹ ਅੱਜ ਵੀ ਹੋਵੀਆਂ ਆ ਆ ਰੇਤਾ ਅੱਜ ਵੀ ਸਤਲੁਜ ਦੇ ਕੰਢਿਆਂ ਤੋਂ ਚੱਕੀ ਜਾਂਦੀ ਨਹੀਂ ਜੀ ਅੱਜ ਵੀ ਮਾਈਨਿੰਗ ਮਾਫੀਆ ਚੱਲੀ ਜਾਂਦਾ ਹੈ ਅੱਜ ਵੀ ਸ਼ਰਾਬ ਮਾਫੀਆ ਚੱਲੀ ਜਾਂਦਾ ਹੈ ਕੁਝ ਨਹੀਂ ਖਤਮ ਹੋਇਆ ਪੰਜਾਬ ਦੇ ਵਿੱਚ ਆ ਅੱਜ ਵੀ ਸਾਨੂੰ ਬਰਗਾੜੀ ਦੇ ਇਨਸਾਫ ਦਾ ਇੰਤਜ਼ਾਰ ਹੈ ਕੈਪਟਨ ਸਾਹਿਬ ਕਹਿੰ ਥੋੜੀ ਬਹੁਤੀ ਕਾਮਯਾਬੀ ਕਿੱਥੇ ਮਿਲੀ ਹੈ ਗੈਂਗਵਾਰ ਖਤਮ ਹੋਈ ਪੰਜਾਬ ਚ ਥੋੜੀ ਬਹੁਤ ਗੈਂਗਸਟਰ ਖਤਮ ਕੀਤੇ ਨੇ ਕੈਪਟਨ ਮਰਿੰਦਰ ਦੀ ਸਰਕਾਰ ਨੇ ਕੰਟਰੋਲ ਕੀਤੇ ਨੇ ਕੁਝਕ ਤਾਂ ਮੁਕਾਬਲਿਆਂ ਚ ਚਲੇ ਗਏ ਜਿਹੜੇ ਜਾਦਾ ਇਲਤੀ ਸੀ ਤੇ ਕੁਝਕ ਛੜਛੜ ਗਏ ਹਥਿਆਰ ਤੁਰ ਉਹ ਸਮਝ ਗਏ ਗੈਂਗਵਾਰ ਖਤਮ ਹੋਈ ਹੈ ਗੈਂਗਸਟਰਾਂ ਤੇ ਕਾਬੂ ਹੋਇਆ ਨਸ਼ਿਆਂ ਤੇ ਕੁਝ ਕੁਝ ਹੱਦ ਤੱਕ ਕਾਬੂ ਪਿਆ ਆ ਇੱਕ ਦੋ ਉਪਲਬਧੀਆਂ ਹੈਗੀਆਂ ਨੇ ਇਹ ਸਾਰੀਆਂ ਪ੍ਰਸ਼ਾਸਕੀ ਉਪਲਬਧੀਆਂ ਨੇ ਅਕਾਲੀ ਜਲਦੀ ਸਰਕਾਰ ਵਲੇ ਡੀਜੀਪੀ ਭਾਵੇਂ ਸੁਮੇਰ ਸਿੰਘ ਸੈਣੀ ਸੀ ਪਰ ਪੁਲਿਸ ਦਾ ਕੰਟਰੋਲ ਹੈ ਨਹੀਂ ਸੀ ਬਿਲਕੁਲ ਪੁਲਿਸ ਦਾ ਕੰਟਰੋਲ ਹੈ ਨਹੀਂ ਸੀ ਦੇਖੋ ਕਿਵੇਂ ਪੰਜਾਬ ਚ ਸ਼ਰਿਆਂ ਵੀ ਚਟਾ ਚੱਲੀ ਜਾਂਦਾ ਸੀ ਸ਼ਰਿਆਂ ਵੀ ਕਾਲਾ ਚੱਲੀ ਜਾਂਦਾ ਸੀ ਸੋ ਕੰਟਰੋਲ ਨਹੀਂ ਸੀ ਪ੍ਰਸ਼ਾਸਕੀ ਕੰਟਰੋਲ ਕੈਪਟਨ ਅਮਰਿੰਦਰ ਨੇ ਵਧੀਆ ਕੀਤਾ ਪੁਲਿਸ ਨੇ ਵਧੀਆ ਕੰਮ ਕੀਤਾ ਪਹਿਲਾਂ ਦੇ ਮੁਕਾਬਲੇ ਅਕਾਲੀ ਦਲ ਦੇ ਮੁਕਾਬਲੇ ਪਰ ਸੁਮੇਤ ਸਿੰਘ ਸੈਣੀ ਦਾ ਨਾਂ ਬਹੁਤ ਸੀ ਪਰ ਉਹ ਕਰ ਨਹੀਂ ਸਕਿਆ ਪਿਛਲੀ ਵਾਰੀ ਅਕਾਲੀ ਦਲ ਦੇ ਰਾਜ ਚ ਬਾਅਦ ਚ ਪ੍ਰਕਾਸ਼ ਸਿੰਘ ਬਾਦਲ ਨੂੰ ਹਟਾਉਣਾ ਪਿਆ ਸੁਮੇਤ ਸਿੰਘ ਸੈਣੀ ਆ ਹੁਣ ਤਾਂ ਚਲੋ ਕੋਟਕ ਕਚੈਰੀਆਂ ਦੇ ਕੇਸਾਂ ਜਦ ਅੱਜਕੱਲ ਸਮੇਤ ਸਿੰਘ ਸਾਣੀ ਰੁੱਝੇ ਹੋਏ ਨੇ ਪਰ ਮੂਲ ਸਵਾਲ ਇਹ ਹੈ ਕਿ ਹੁਣ ਕੈਪਟਨ ਮਰਿੰਦਰ ਸਿੰਘ ਸੱਤ ਨਕਾਤੀ ਪ੍ਰੋਗਰਾਮ ਦੇ ਕੇ ਅੱਗੇ ਵਧ ਰਹੇ ਨੇ ਵੀ ਸਾਰੇ ਮੰਤਰੀਆਂ ਨੂੰ ਕਹਤਾ ਵੀ ਆਪਾਂ ਚੋਣਾਂ ਤੋਂ ਪਹਿਲਾਂ ਇਹ ਸਾਰੇ ਪ੍ਰੋਗਰਾਮ ਪੂਰੇ ਕਰਨੇ ਨੇ ਇਹਨਾਂ ਦੇ ਵਿੱਚ ਕੋਈ ਠੋਸ ਵਾਦਾ ਨਹੀਂ ਹੈ ਕਿਤੇ ਗੱਲ ਹੋਈ ਹੈ ਕਿ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਹੋਊਗਾ 2017 ਤੋਂ ਪਹਿਲਾਂ ਕਹਿੰਦੇ ਸੀ ਵੀ ਸਾਰਿਆਂ ਦਾ ਕਰਜ਼ਾ ਮਾਫ ਕਰ ਦਾਂਗੇ ਕਿਸ਼ਤਾਂ ਬੈਂਕਾਂ ਨੂੰ ਕਹਿੰਦੇ ਦੇਣ ਦੀ ਲੋੜ ਨਹੀਂ ਮੈਂ ਆ ਕੇ ਕਿਸ਼ਤਾਂ ਦਊਂਗਾ ਸਰਕਾਰ ਕਹਿੰਦੀ ਉਹ ਵਾਦੇ ਜਿਹੜੇ ਕੀਤੇ ਸੀ ਉਹ ਲੋਕਾਂ ਨੇ ਗਗਨ ਕੱਢ ਲੈਣੇ ਆ ਬਿਲਕੁਲ ਜਿਵੇਂ ਪੁਲਿਸ ਕਿਸੇ ਅਣਸੁਲਝੇ ਕੇਸ ਨੂੰ ਸੁਲਝਾਉਣਾ ਹੁੰਦਾ ਨਾ ਜੀ ਉਹ ਮ੍ਰਿਤਕ ਦੇਹ ਕੱਢ ਲੈਂਦੀ ਹੈ ਦੱਬੀ ਹੋਈ ਪੁਲਿਸ ਬਿਲਕੁਲ ਉਹ ਵੱਡੇ ਵੱਡੇ ਅਫਸਰ ਉਦੋਂ ਹੁੰਦੇ ਨੇ ਉਹਨਾਂ ਦੀ ਮੌਜੂਦਗੀ ਚ ਤੇ ਲੋਕਾਂ ਨੇ ਸਾਰੇ ਵਾਦੇ ਕੱਢ ਲੈਣੇ ਆ ਵਾਰ ਆ ਵੈਸੇ ਤਾਂ ਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲਾ ਨਹੀਂ ਪੋਸਟਰ ਲਾ ਦੇਣੇ ਵੀ ਤੁਹਾਡੇ ਆ ਵਾਦੇ ਪੈਂਡਿੰਗ ਐ ਇਸ ਵਾਰ ਪੋਸਟਰ ਵਾਰ ਬਹੁਤ ਹੋਣੀ ਐ ਸੋ ਇਸ ਕਰਕੇ ਸਿਆਸਤ ਇਸ ਤਰ੍ਹਾਂ ਦੀ ਹੋ ਗਈ ਤਾਂ ਨਵਜੋਤ ਸਿੰਘ ਸਿੱਧੂ ਦੇ ਵੀਡੀਓ ਨੇ ਜਿਹੜੇ ਉਹ ਬਾਰੀ-ਬਾਰੀ ਵਾਇਰਲ ਹੁੰਦੇ ਨੇ ਕਿਉਂਕਿ ਸੱਚੀ ਗੱਲ ਹਮੇਸ਼ਾ ਖੜੀ ਰਹਿੰਦੀ ਹੈ ਸੱਚੀ ਗੱਲ ਮਿਟਦੀ ਨਹੀਂ ਬਿਲਕੁਲ ਸੱਚ ਨੇ ਕਦੀ ਲੁਕਣਾ ਨਹੀਂ ਜਿੰਨੇ ਮਰਜ਼ੀ ਰਜਾਈਆਂ ਕੰਬਲ ਦੇ ਦਿਓ ਸੱਚ ਤੇ ਉਹਨੇ ਬਾਹਰ ਨਿਕਲਿਆ ਉਹਨੇ ਤੇਰਾਲਾ ਸਾਹਿਬ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬੀਤੇ ਦਿਨੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਉਸ ਦੇ ਉੱਤੇ ਆਪਾਂ ਵੀ ਕਪੜਛਾਨ ਕੀਤਾ ਸੀ ਤੇ ਹੁਣ ਭਗਵੰਤ ਮਾਨ ਦੇ ਸੁਰ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬੋਤਲੇ ਨੇ ਉਹੀ ਭਗਵੰਤਮਾਨ ਨੇ ਜਿਹੜੇ ਕਹਿੰਦੇ ਕਿ 4 ਸਾਲਾਂ ਦੇ ਵਿੱਚ ਨਵਜੂਤ ਸਿੰਘ ਸਿੱਧੂ ਕਿੱਥੇ ਸੀ 4 ਸਾਲ ਨਵਜੂਤ ਸਿੰਘ ਸਿੱਧੂ ਬੋਲ ਲਾਗੇ ਕਹਿੰਦੇ 2 ਸਾਲ ਤਾਂ ਕਹਿੰਦੇ ਉਹ ਘਰੇ ਹੀ ਰਿਹਾ ਐਦਾਂ ਦਾ ਕੋਈ ਏਦਾਂ ਦੀ ਟਿੱਪਣੀ ਕੀਤੀ ਸੀ ਭਗਵੰਤਮਾਨ ਨੇ ਪਰ ਦੇਖੋ ਪੋਲੀਟੀਕਲ ਲੀਡਰਾਂ ਦਾ ਮੈਨੂੰ ਕਈ ਵਾਰੀ ਨਾ ਸਟੈਂਡ ਨਹੀਂ ਸਮਝ ਆਉਂਦਾ ਜੀ ਹਾਂਜੀ ਆਪਾਂ ਤਾਂ ਗੱਡੀ ਉੱਥੋਂ ਮੋੜਦੇ ਆ ਜਿੱਥੇ ਕੋਈ ਗੋਲ ਚੱਕਰ ਬਣਿਆ ਹੋਵੇ ਜਾਂ ਕੋਈ ਖੁੱਲੀ ਖੁੱਲਾ ਰਸਤਾ ਹੋਵੇ ਸੋ ਜਿਹੜੇ ਪੋਲੀਟੀਕਲ ਲੀਡਰ ਨੇ ਨਾ ਇਹ ਕਿਤੇ ਵੀ ਹੱਥ ਦੇ ਕੇ ਗੱਡੀ ਮੋੜ ਲੈਂਦੇ ਇਹਨਾਂ ਦਾ ਕਿਹੜਾ ਚਲਾਨ ਕਰਨਾ ਕਿਸੇ ਪੁਲਿਸ ਵਾਲੇ ਨੇ ਇਹ ਵੀ ਸਾਨੂੰ ਕਿਹੜਾ ਚਲਾਨ ਕਰ ਜੂਗਾ ਹੁਣ ਉਹੀ ਗੱਲ ਆ ਹੋਈ ਆ ਇੱਕ ਦਿਨ ਪਹਿਲਾਂ ਹੀ ਅਸੀਂ ਸੁਣਾਇਆ ਜੀਜ ਭਗਵੰਤ ਮਾਨ ਸਲਾਹ ਦੇ ਰਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਵੀ ਵਿੱਚ ਰਹਿ ਕੇ ਕਰੋ ਤੁਸੀਂ ਵਿੱਚ ਰਹਿ ਕੇ ਬੋਲਣ ਦਾ ਕੀ ਮਤਲਬ ਹੈ ਤੁਸੀਂ ਬਿਜਲੀ ਮੰਤਰੀ ਬਣੋ ਬਿਜਲੀ ਪੰਜਾਬ ਦੀ ਸਸਤੀ ਕਰੋ ਲੋਕਾਂ ਨੂੰ 50 50000 ਬਿਲ ਆ ਰਹੇ ਨੇ ਹੁਣ ਕੀ ਕਹਿ ਰਹੇ ਨੇ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦਾ ਮੈਂ ਫੁੱਲਾਂ ਦੇ ਨਾਲ ਸਵਾਗਤ ਕਰੂੰ ਜੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੋਹਾਂ ਨੂੰ ਆਉਣਾ ਚਾਹੀਦਾ ਆ ਮੈਂ। ਹੁਣ ਤੁਸੀਂ ਦੇਖੋ ਜਿਹੜਾ ਦੋ ਤਿੰਨ ਦਿਨ ਪਹਿਲਾਂ ਬਿਆਨ ਸੀ ਉਹ ਚ ਤਾਂ ਕਹਿੰਦੇ ਸੀ ਵੀ ਸਿੱਧੂ ਜੋ ਕੁਝ ਕਰ ਰਿਹਾ ਉਹਦੇ ਨਾਲ ਕੋਈ ਫਾਇਦਾ ਨਹੀਂ। ਜੀ। ਵੀ ਉਹ ਪਾਰਟੀ 'ਚ ਰਹਿ ਕੇ ਵਿਰੋਧ ਕਰਨ ਦਾ ਕੀ ਫਾਇਦਾ ਕਹਿੰਦੇ? ਉਦੋਂ ਤਾਂ ਉਹ ਕਹਿੰਦੇ ਸੀ ਵੀ ਫਸਲਾਂ ਦੀ ਉਦਾਹਰਨ ਦਿੱਤੀ ਸੀ ਕੋਈ ਮੈਂ ਉਹ ਵੀ ਮੈਂ ਕਹਿੰਦਾ ਸੁਣਾ ਦਿਓ। ਮੈਂ ਕਹਿੰਦਾ ਦੋਨੇ ਹੀ ਗੱਲਾਂ ਸੁਣਾ ਦਿਓ ਭਗਵੰਤ ਮਾਨ ਦੀਆਂ। ਆਹ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਸੁਣਾ ਦੇਣਿਆ ਭਗਵੰਤ ਮਾਨ ਦੀ ਪਹਿਲਾਂ। ਉਸ ਤੋਂ ਬਾਅਦ ਬਿਲਕੁਲ ਤਾਜ਼ੀ ਗੱਲ ਆਲੀਆ ਦੋਨੇ ਸੁਣਾ ਦਿ ਤੇ ਉਹ ਮੰਤ్రਾਲਾ ਵੀ ਮਿਲ ਰਹੇ ਆ ਜੇ ਕੁਝ ਕਰ ਸਕਦੇ ਨੇ ਜੋ ਉਹ ਸਿੱਧੂ ਸਾਹਿਬ ਇਹ ਕਹਿੰਦੇ ਨੇ ਕਿ ਮੇਰੇ ਕੋਲੇ ਪੰਜਾਬ ਦੀਆਂ ਸੋਲੂਸ਼ਨਾਂ ਜਿਹੜੇ ਮੰਗਾ ਨੇ ਜਾਂ ਸਮੱਸਿਆਵਾਂ ਨੇ ਮੈਨੂੰ ਉਹਨਾਂ ਦਾ ਪਤਾ ਹੈ ਉਹਦੇ ਸੋਲੂਸ਼ਨ ਦਾ ਵੀ ਪਤਾ ਹੈ ਤਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਤਾਂ ਬਿਜਲੀ ਹੈ ਬਿਜਲੀ ਮੰਤਰੀ ਬਣ ਕੇ ਬਿਜਲੀ ਤਾਂ ਫਰੀ ਕਰਨ ਲੋਕਾਂ ਦੀ ਇੱਥੇ 50-5000 55-55000 60-60000 ਦੇ ਬਿੱਲ ਪਏ ਨੇ ਲੋਕਾਂ ਦੇ ਦਿਲੀਦਾਰੀ ਤੇ ਬਿਜਲੀ ਫਰੀ ਕਰ ਦੇਣ ਬਿਜਲੀ ਮੰਤਰੀ ਬਣ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਦੀ ਪਾਰਟੀ ਨੂੰ ਕਹੀ ਜਾਂਦੇ ਨੇ ਆਏ ਨਹੀਂ ਕਰਦੇ ਆਏ ਨਹੀਂ ਕਰਦੇ ਤਾਂ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਨਵਜੋਤ ਸਿੰਘ ਸਿੱਧੂ ਅਕਸਰ ਜਿਹੜਾ ਉਹ ਛਾਇ ਰਹਿੰਦੇ ਨੇ ਸੁਰਖੀਆਂ ਦੇ ਵਿੱਚ ਮੀਡੀਆ 'ਚ ਪਰ ਸਾਡੇ ਨਾਲ ਕੋਈ ਨਾਤਾ ਪੰਜਾਬ ਲੈਵਲ ਤੇ ਨਾ ਹੀ ਨੈਸ਼ਨਲ ਲੈਵਲ ਤੇ ਕੋਈ ਗੱਲਬਾਤ ਨਹੀਂ ਹੋਈ ਹੈ ਜੀ ਕਿ ਉਹ ਸਾਡੇ 'ਚ ਆ ਰਹੇ ਨੇ ਹਾਂ ਕਿਉਂਕਿ ਮੈਂ ਤਾਂ ਜਦੋਂ ਉਹ ক্রিকেট ਖੇਡਦੇ ਸੀ ਉਦੋਂ ਵੀ ਆਪਦੀ ਜਿਹੜੀ ਪਾਕਟ ਮਨੀ ਸੀ ਮੈਂ ਸਕੂਲ ਪੜ੍ਹਦਾ ਸੀ ਉਦੋਂ ਅਬ ਦੀ ਪੌਕੇਟ ਮਨੀ ਵੀ ਮੈਂ ਅਰਦਾਸ ਦੇ ਵਿੱਚ ਲਾਉਂਦਾ ਸੀ ਕਿ ਉਹ ਆਊਟ ਨਾ ਹੋਣ ਤੇ ਜਦੋਂ ਆਊਟ ਹੋ ਜਾਂਦੇ ਸੀ ਮੈਂ ਟੀਵੀ ਬੰਦ ਕਰ ਦਿੰਦਾ ਸੀ ਤੇ ਹੁਣ ਵੀ ਮੈਂ ਕਹਿੰਨਾ ਕਿ ਰਾਜਨੀਤੀ ਚੋਂ ਆਊਟ ਨਾ ਹੋਣ ਉਧਰ ਕਾਂਗਰਸ ਦਾ ਵੱਡਾ ਖੂਹ ਹੈ ਜੇ ਉੱਥੇ ਤਾਂ ਉੱਥੇ ਕਿਤੇ ਲਾਸ਼ਾਂ ਤੇ ਹੁੰਦੀਆਂ ਜੇ ਉਹ ਪੰਜਾਬ ਦਾ ਸੱਚੀ ਮੁੱੱਚੀ ਭਲਾ ਚਾਹੁੰਦੇ ਨੇ ਆਵਾ ਨਹੀਂ ਪਾਰਟੀ ਚਾਹਣ ਫੁੱਲਾਂ ਦੇ ਬੁੱਕੇ ਲੈ ਕੇ ਸਭ ਤੋਂ ਪਹਿਲਾਂ ਮੈਂ ਖੜੂੰਗਾ ਜੀ ਵੈਲਕਮ ਮੇਰੇ ਤਾਂ ਜੱਜ ਰਹੇ ਨੇ ਲਫਟਰ ਚੈਲੰਜ ਪ੍ਰੋਗਰਾਮ ਦੇ ਵਿੱਚ ਜਾ ਚ ਰਹੀ ਨੇ ਸੋ ਮੈਂ ਮੈਂ ਉਹਨਾਂ ਦਾ ਮੁਕਾਬਲਾ ਥੋੜੀ ਕਰ ਸਕਦਾ ਨਹੀਂ ਮੈਂ ਮਨ ਉਹਨਾਂ ਦਾ ਕੰਪੀਟੀਟਰ ਬਣ ਸਕਦਾ ਮੈਂ ਛੋਟਾ ਉਹਨਾਂ ਤੋਂ ਠੀਕ ਹੈ ਨਾ ਤੋਂ ਉਹਨਾਂ ਨੇ ਉਹ ਕਿੰਨੀ ਵਾਰੀ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਅੰਮ੍ਰਿਤਸਰ ਨੂੰ ਚਲੋ ਆ ਤੁਸੀਂ ਦੋਨੇ ਗੱਲਾਂ ਸੁਣਾਤੀਆਂ ਦੁੱਧ ਦਾ ਦੁੱਧ ਤੇ ਘਿਓ ਦਾ ਘਿਓ ਹੋ ਗਿਆ ਦੇਖੋ ਉਹਦਾ ਕਾਬਲ ਭਗਵੰਤ ਮਾਨ ਵੀ ਹੈ ਭਗਵੰਤ ਮਾਨ ਵੀ ਕਾਬਲ ਹੈ ਇਹ ਜੀ ਗੱਲ ਨਹੀਂ ਮੈਨੂੰ ਪੂਰੀ ਉਮੀਦ ਹੈ ਕਿ ਆ ਜਿਹੜੀ 21 ਨੂੰ ਇਹਨਾਂ ਦੀ ਰੈਲੀ ਹੋਣੀ ਹੈ ਮਹਾਪੰਚਾਇਤ ਹੋਣੀ ਹੈ ਮੈਨੂੰ ਪੂਰੀ ਉਮੀਦ ਹੈ ਕੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੇ ਨੇ ਭਗਵੰਤ ਮਾਨ ਨੂੰ ਔਰ ਐਲਾਨ ਵੀ ਦੇਣਾ ਚਾਹੀਦਾ ਦੇਖੋ ਜੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣੀ ਹੈ ਨਾ ਗਗਨ ਤਾਂ ਮੁੱਖ ਮੰਤਰੀ ਦਾ ਚਿਹਰਾ ਤਾਂ ਚਾਹੀਦਾ ਨਾ ਜੀ ਦੇਖੋ ਯੂਪੀ ਚ ਸੰਜੀਤ ਸਿੰਘ ਨੂੰ ਐਲਾਨ ਵੀ ਦਿੱਤਾ ਇਹਨਾਂ ਨੇ ਕਿਸਾਨ ਅੰਦੋਲਨ ਦੇ ਦਰਮਿਆਨ ਹੀ ਤੇ ਮੈਨੂੰ ਆਸ ਹੈ ਕਿ ਭਗਵੰਤ ਮਾਨ ਨੂੰ ਮੋਗੇ ਵਾਲੀ ਮਹਾਪੰਚਾਇਤ ਐਲਾਨ ਦੇਣਗੇ ਦੇਖੋ ਮਾਗੀ ਦੇ ਮੇਲੇ ਤੇ ਕਿੱਡਾ ਇਕੱਠ ਕਰਗੇ ਸੀ 2017 ਤੋਂ ਪਹਿਲਾਂ ਆਪ ਵਾਲੇ ਜੀ ਅਗਰ ਉਦੋਂ ਵੀ ਕਿਸੇ ਨੂੰ ਭਗਵੰਤ ਉਦੋਂ ਕਿਸੇ ਨੂੰ ਵੀ ਭਾਵੇਂ ਭਗਵੰਤ ਮਾਨ ਭਾਵੇਂ ਫੂਲਕਾ ਸਾਹਿਬ ਭਾਵੇਂ ਸੋਚਲ ਸਿੰਘ ਛੋਟੇਪੁਰ ਭਾਵੇਂ ਗੁਰਪ੍ਰੀਤ ਕੁੱਗੀ ਹੁੰਨੀ ਉਦੋਂ ਪਾਰਟੀ ਨਾਲ ਸੀ ਜਾਂ ਇੱਕ ਬਹੁਤ ਸਿਆਣੇ ਵਕੀਲ ਸਾਹਿਬ ਸੀਗੇ ਉਹ ਪਾਰਟੀ ਚ ਬੜੇ ਸੀਨੀਅਰ ਸੀ ਜਾਂ ਕੋਈ ਵੀ ਲੀਡਰ ਅਗਰ 2017 ਦੀ ਚੋਣਾਂ ਤੋਂ ਪਹਿਲਾਂ ਜਿਹੜਾ ਮਾਗੀ ਦਾ ਮੇਲਾ ਸੀ ਅਗਰ ਉਦੋਂ ਵੀ ਆਮ ਆਦਮੀ ਪਾਰਟੀ ਕਿਸੇ ਨੂੰ ਉਮੀਦਵਾਰ ਐਲਾਨ ਦਿੰਦੀ ਨਾ ਜੀ ਮੁੱਖ ਮੰਤਰੀ ਦਾ ਚਿਹਰਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਟੇਟ ਹੀ ਨਹੀਂ ਸੀ ਹੋਣੀ ਬਹੁਤ ਚੰਗੀ ਹੋਣੀ ਸੀ ਉਦੋਂ ਰੌਲਾ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਸੀ ਔਰ ਹੁਣ ਵੀ ਕਿਤਨਾ ਕਿਤੇ ਮੁੱਖ ਮੰਤਰੀ ਦੇ ਚਿਹਰੇ ਦਾ ਵੱਡਾ ਰੌਲਾ ਹੈ ਸੋ ਇੱਕੋ ਲੀਡਰ ਹੈ ਭਗਵੰਤ ਮਾਨ ਦੇਖੋ ਬਰਨਾਲਾ ਚੋਂ ਨੇ ਫੇਰ ਜਿੱਤ ਗਿਆ ਦੂਜੀ ਵਾਰੀ ਪਾਰਲੀਮੈਂਟ ਜਿੱਤਿਆ ਇੱਕੋ ਹੀ ਆਮ ਆਦਮੀ ਪਾਰਟੀ ਦਾ ਐਮਪੀ ਹੈ ਜਿਹੜਾ ਦੂਜੀ ਵਾਰ ਜਿੱਤਿਆ ਹੈ ਹਾਂਜੀ ਬਾਕੀ ਤਾਂ ਜਿਹੜੇ ਇੱਕ ਵਾਰ ਬਣੇ ਸੀ ਉਹ ਦੂਜੀ ਵਾਰ ਜਿੱਤੇ ਨਹੀਂ ਸਕੇ ਕਿਉਂਕਿ ਉਹ ਬਣੇ ਹੀ ਪੰਜਾਬ ਚੋਂ ਸੀ ਚਾਰ ਉਹਨਾਂ ਚੋਂ ਤਿੰਨ ਹਾਰ ਗਏ ਭਗਵੰਤ ਮਾਨ ਰਹਿ ਗਿਆ ਗਾਂਧੀ ਸਾਹਿਬ ਹਾਰ ਗਏ ਸੀ ਤੇ ਫਤਿਹਗੜ ਸਾਹਿਬ ਵਾਲੇ ਇੱਕ ਸੀਗੇ ਜਿਹੜੇ ਖਾਲਸਾ ਜੀ ਉਹ ਹਾਰ ਗਏ ਸੀ ਤੇ ਇੱਕ ਉਹ ਫਰੀਦਕੋਟ ਵਾਲੇ ਪਾਸੇ ਸੀ ਜੀ ਪ੍ਰੋਫੈਸਰ ਸਾਹਿਬ ਉਹ ਹਾਰ ਗਏ ਸੀ ਤੇ ਰਹਿ ਭਗਵੰਤ ਮਾਨ ਨਹੀਂ ਗਿਆ ਇਕੱਲਾ ਜੇਤੂ ਖਿਡਾਰੀ ਬਿਲਕੁਲ ਸੁਪ ਭਗਵੰਤ ਮਾਨ ਨੂੰ ਜੇ ਪੰਜਾਬ ਚ ਮੁੱਖ ਮੰਤਰੀ ਨਹੀਂ ਐਲਾਨ ਕਰਨਗੇ ਆਮ ਆਦਮੀ ਪਾਰਟੀ ਵਾਲੇ ਤਾਂ ਫਿਰ ਕਿੱਥੋਂ ਦਾ ਕਰਨਗੇ ਬਿਲਕੁਲ ਹੈ ਜੀ ਸੁਪ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹਾਲ ਦੀ ਘੜੀ ਕੋਈ ਹੋਰ ਲੀਡਰ ਆਮ ਆਦਮੀ ਪਾਰਟੀ ਕੋਲੇ ਇਹ じゃ ਨਹੀਂ ਹੈ ਜਿਹੜਾ ਦਿਖਦਾ ਹੋਵੇ ਕਿ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਸਿੱਧੂ ਨੇ ਆਉਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਸਿੱਧੂ ਨੂੰ ਇਹਨਾਂ ਨੇ ਉਸ ਤਰੀਕੇ ਨਾਲ ਸਦਾ ਹੀ ਨਹੀਂ ਮਾਰਿਆ ਉਦੋਂ ਵੇਲਾ ਸੀ ਜਦੋਂ ਸੱਦ ਸਕਦੇ ਸੀ ਉਹ ਵੇਲਾ ਗੁੰਮ ਗਿਆ ਹੱਥੋਂ ਮੇਨ ਲਾਦਾ ਹੁਣ ਸਿੱਧੂ ਨਹੀਂ ਆਉਂਦਾ ਇਹਨਾਂ ਕੋ ਸੋ ਇਸ ਕਰਕੇ ਹੁਣ ਭਗਵੰਤ ਮਾਨ ਹੀ ਹੈ ਉਮੀਦਵਾਰ ਐਲਾਨ ਦੇਣਗੇ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਹੋਰ ਕੋਈ ਉਮੀਦਵਾਰ ਐਲਾਨ ਕੇ ਲੱਭ ਕੇ ਐਲਾਨ ਦੇਣ ਉਹ ਵੀ ਚੰਗੀ ਗੱਲ ਹੈ ਜੀ ਪਟਿਆਲਾ ਸਭ ਜਿਸ ਤਰ੍ਹਾਂ ਭਗਵੰਤ ਮਾਨ ਨੇ ਫੁੱਲਾਂ ਦਾ ਗੁਲਦਸਤਾ ਲੈ ਕੇ ਨਵਜੂਤ ਸਿੰਘ ਸਿੱਧੂ ਦੇ ਸਵਾਗਤ ਦੀ ਗੱਲ ਆਖੀ ਹੈ ਇਸ ਗੱਲ ਨੂੰ ਆਮ ਆਦਮੀ ਪਾਰਟੀ ਵੀ ਜਾਣਦੀ ਹੈ ਕਿ ਨਵਜੂਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉੱਭਰ ਕੇ ਅੱਗੇ ਆ ਰਿਹਾ ਹੈ ਤੇ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਵਜੂਤ ਸਿੰਘ ਸਿੱਧੂ ਨੂੰ ਲਿਆਉਣ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਇਸ ਗੱਲ ਦੀ ਚਰਚਾ ਵੀ ਉੱਥੇ ਹੋਏਗੀ ਨਾ ਕਿ ਨਵਜੂਤ ਸਿੰਘ ਸਿੱਧੂ ਜੇਕਰ ਆਮ ਆਦਮੀ ਪਾਰਟੀ ਚਾਹੁੰਦਾ ਤਾਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਆਏਗਾ ਦੇਖੋ ਪੰਜਾਬ ਦੇ ਲੋਕ ਆਪ ਮੁਹਾਰੇ ਕਹੀ ਜਾਂਦੇ ਵੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਆਪਾਂ ਕਿੰਨੇ ਪ੍ਰੋਗਰਾਮ ਕਰਦੇ ਆ ਆਪਾਂ ਤਾਂ ਨਹੀਂ ਕਹਿ ਰਹੇ ਨਾ ਮੈਂ ਤਾਂ ਨਹੀਂ ਕਹਿ ਰਿਹਾ ਨਾ ਲੋਕ ਕਹਿ ਰਹੇ ਨੇ ਆ ਆਪਾਂ ਜਿੰਨੇ ਪ੍ਰੋਗਰਾਮ ਕਰਦੇ ਆ ਕਿੰਨੇ ਪ੍ਰੋਗਰਾਮਾਂ ਚ ਲੋਕਾਂ ਨੇ ਸੈਂਕੜੇ ਕਮੈਂਟ ਪਾਏ ਹੁੰਦੇ ਨੇ ਵੀ ਮੁੱਖ ਮੰਤਰੀ ਸਿੱਧੂ ਬਣ ਜੇ ਮੁੱਖ ਮੰਤਰੀ ਦਾ ਚਿਹਰਾ ਸਿੱਧੂ 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 ਐ ਹੋਈ ਜਾਂਦੀ ਬਿਲਕੁਲ ਹੁਣ ਉਹ ਅਸੀਂ ਆਪਾਂ ਉਹਦੇ ਚ ਮੈਂ ਉਹਦੇ ਚ ਕੀ ਕਰ ਸਕਦਾ ਸੋ ਮੈਂ ਤਾਂ ਲੋਕ ਰਾਏ ਨਾਲ ਚੱਲੂਗਾ ਸੋ ਲੋਕ ਆਪ ਮੁਹਾਰੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਦੇਖ ਰਹੇ ਨੇ ਤੇ ਕਿਸ ਆਮ ਆਦਮੀ ਪਾਰਟੀ ਕਿਵੇਂ ਕਹਿ ਦੋਗੀ ਕਿ ਸਿੱਧੂ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਹੈਗਾ ਪੰਜਾਬ 'ਚ ਉਹ ਤਾਂ ਹੈਗਾ ਹੀ ਹੈ ਭਾਵੇਂ ਕੋਈ ਕਵੇ ਭਾਵੇਂ ਨਾ ਕਵੇ ਦੇਖੋ ਭਾਵੇਂ ਕੋਈ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਵੇ ਜਾਂ ਨਾ ਬਣਾਵੇ ਉਹ ਉਮੀਦਵਾਰ ਹੈ ਜੀ ਜਿਵੇਂ ਅਰਵਿੰਦ ਕੇਜਰੀਵਾਲ ਸੀ ਦਿੱਲੀ 'ਚ ਕੋਈ ਉਹਨੂੰ ਉਮੀਦਵਾਰ ਬਣਾਉਂਦਾ ਜਾਂ ਨਾ ਬਣਾਉਂਦਾ ਪਰ ਉਹ ਦਾਵੇਦਾਰ ਸੀ ਮੁੱਖ ਮੰਤਰੀ ਦਾ ਬਿਲਕੁਲ ਹਾਂਜੀ ਜਿਵੇਂ ਨਰਿੰਦਰ ਮੋਦੀ ਉਹ ਪ੍ਰਧਾਨ ਮੰਤਰੀ ਦੇ ਦਾਵੇਦਾਰ ਸੀ ਭਾਵੇਂ ਕੋਈ ਬਣਾਉਂਦਾ ਨਾ ਬਣਾਉਂਦਾ ਉਹਨਾਂ ਦੀ ਮਿਹਨਤ ਹੈ ਹੌਲੀ ਹੌਲੀ ਕਰਕੇ ਅੱਗੇ ਵਧਿਆ ਇਹ ਦੇਖੋ ਜੀ ਕਿੰਨੀ ਵਾਰੀ ਮੁੱਖ ਮੰਤਰੀ ਰਹੇ ਹੁਣ ਪ੍ਰਧਾਨ ਮੰਤਰੀ ਬਣ ਗਏ ਦੂਜੀ ਵਾਰ ਉਹ ਵੀ ਆ ਤੀਜੀ ਵਾਰ ਵੀ ਬਣ ਸਕਦੇ ਨੇ ਜੇ ਕਿਸਾਨਾਂ ਨਾਲ ਮਸਲਾ ਨਿਬੜ ਗਿਆ ਬਿਲਕੁਲ ਸੋ ਵਿਅਕਤੀਆਂ ਕੀ ਆਉਣ ਵਾਲੇ ਦਿਨਾਂ ਦੀ ਵਿੱਚ ਕਿਸ ਤਰ੍ਹਾਂ ਜਿਹੜੀ ਪੰਜਾਬ ਦੀ ਸਿਆਸਤ ਕਿੱਧਰ ਨੂੰ ਮੁੜੇਗੀ ਤੇ ਡੱਲਾ ਸਾਹਿਬ ਇੱਕ ਪ੍ਰਿਆੰਕਾ ਗਾਂਧੀ ਦੀ ਮੇਰਠ ਦੇ ਵਿੱਚ ਜਿਹੜੀ ਕਿਸਾਨ ਮਹਾਰੈਲੀ ਹੋਈ ਹੈ ਉਸ ਦੇ ਉੱਤੇ ਜ਼ਰੂਰ ਟਿੱਪਣੀ ਲਵਾਂਗਾ ਤੇ ਸੁਖਵੀਰ ਬਾਦਲ ਤੇ ਵੀ ਕਿਉਂਕਿ ਸੁਖਵੀਰ ਬਾਦਲ ਵੀ ਅਚਨ ਚੇਤ ਲੁਧਿਆਣੇ ਦੇ ਵਿੱਚ ਆਏ ਨੇ ਉਹਨਾਂ ਨੇ ਵੀ ਕੇਂਦਰ ਸਰਕਾਰ ਤੇ ਉੱਤੇ ਫਿਰ ਤੋਂ ਨਿਸ਼ਾਨਾ ਸਾਧਿਆ ਕਿਸਾਨੀ ਅੰਦੋਲਨ ਨੂੰ ਲੈ ਕੇ ਤੇ ਉਧਰ ਮੇਰਠ ਦੇ ਵਿੱਚ ਵੀ ਮਹਾਪੰਚਾਇਤ ਜਦੋਂ ਕਾਂਗਰਸ ਨੇ ਕੀਤੀ ਹੈ ਉੱਥੇ ਪ੍ਰਿੰਕਾ ਗਾਂਧੀ ਨੇ ਕਿਸਾਨਾਂ ਦੀ ਜਿਹੜੀ ਨਵਜ ਹੈ ਉਹ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਕਿ ਕੁਝ ਕਿਸਾਨ ਚਾਹੁੰਦੇ ਨੇ ਦੇਖੋ ਇਹ ਨਵਜ ਪ੍ਰਿੰਕਾ ਗਾਂਧੀ ਨੇ ਪਹਿਲਾਂ ਵੀ ਖੰਗਾਲੀ ਸੀ ਕਿਸਾਨਾਂ ਦੀ ਪਰ ਉਸ ਤੋਂ ਬਾਅਦ ਕਾਂਗਰਸ 'ਚ ਜ਼ਿਆਦਾ ਜ਼ੋਰ ਦਿਖਿਆ ਨਹੀਂ ਜੀ ਕਾਂਗਰਸ ਵਾਲੇ ਟਾਵੇਂ ਟਾਵੇਂ ਮਹਾਪੰਚਾਇਤਾਂ ਕਰਦੇ ਆ ਪਹਿਲਾਂ ਵੀ ਕੀਤੀ ਸੀ ਆ ਰਾਹੁਲ ਗਾਂਧੀ ਤਾਂ ਟਰੈਕਟਰਾਂ ਦੀ ਰੈਲੀ ਕਰਕੇ ਗਿਆ ਰਾਜਸਥਾਨ ਚ ਪੰਜਾਬ ਚ ਵੀ ਕੀਤੀ ਸੀ ਪੰਜਾਬ ਚ ਵੀ ਟਰੈਕਟਰ ਵਾਲੀ ਪੋਲੀ ਸੀਟ ਤੇ ਕੈਪਟਨ ਮਰਿੰਦਰ ਤੇ ਰਾਹੁਲ ਗਾਂਧੀ ਬੈਠੇ ਜੀ ਤੇ ਹੁਣ ਪ੍ਰਿੰਕਾ ਗਾਂਧੀ ਨੇ ਫਿਰ ਯੂਪੀ ਚ ਕੀਤੀ ਹੈ ਕਿਉਂਕਿ ਉਹਦਾ ਨਿਸ਼ਾਨਾ ਯੂਪੀ ਚ ਹੈ ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਵੀ ਯੂਪੀ ਹੈ ਅਰਵਿੰਦ ਕੇਜਰੀਵਾਲ ਨੇ ਵੀ ਮੇਰੇਟ ਚ ਮਹਾਪੰਚਾਇਤ ਕੀਤੀ ਇਹਨਾਂ ਦਾ ਨਿਸ਼ਾਨਾ ਪੰਜਾਬ ਚ ਵੀ ਹੈ ਕਿਉਂਕਿ ਚੋਣਾਂ ਨੇ ਪੰਜਾਬ ਚ ਵੀ ਕੀਤੀ ਤੁਸੀਂ ਦੱਸੋ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚ ਮਹਾਪੰਚਾਇਤ ਕੀਤੀ ਪੱਛਮੀ ਬੰਗਾਲ ਚ ਕੀਤੀ ਮਹਾਰਾਸ਼ਟਰ ਚ ਕੀਤੀ ਕਰਨਾਟਕਾ ਚ ਕੀਤੀ ਬਿਲਕੁਲ ਪਹਿਲਾਂ ਮੈਰਿਟ ਚ ਕੀਤੀ ਹੁਣ ਪੰਜਾਬ ਚ ਕਰਨਗੇ ਕਿਉਂਕਿ ਪੰਜਾਬ ਚ ਵੀ ਚੋਣਾ ਹੈ ਜੀ ਔਰ ਮੈਨੂੰ ਲੱਗਦਾ ਪੰਜਾਬ ਦੀਆਂ ਚੋਣਾਂ ਚ ਫੇਰ ਕੋਈ ਵੱਡਾ ਐਲਾਨ ਅਰਵਿੰਦ ਕੇਜਰੀਵਲ ਕਰੂਗਾ ਇਸ ਮਹਾਪੰਚਾਇਤ ਦੇ ਨਾਲ ਇੱਕ ਨਵੇਂ ਸਿਰੇ ਤੋਂ ਮੌਕਾ ਬਣਿਆ ਹੈ ਕਿ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਲ ਨੂੰ ਪੰਜਾਬ ਚ ਮੋੜ ਜੋਰ ਸ਼ੋਰ ਨਾਲ ਹੀਰੋ ਬਣਾ ਕੇ ਪੇਸ਼ ਕਰਨ ਜੀ ਬਾਕੀ ਦੇਖੋ ਹੁਣ ਕੀ ਬਣਦਾ ਜੀ ਜੀ ਪਰ ਸੁਖਵੀਰ ਬਾਦਲ ਫੇਰ ਕੇਂਦਰ ਤੇ ਤਤਾ ਹੋ ਗਿਆ ਸ਼ੁਖਵੀਰ ਬਾਦਲ ਨੂੰ ਜਿੱਥੇ ਦਾਅ ਲੱਗਦਾ ਹੁਣ ਉਹ ਮੋਦੀ ਸਾਹਿਬ ਦੀ ਸਰਕਾਰ ਨੂੰ ਦੱਬ ਕੇ ਨਹੀਂ ਦਦਾ ਸੁਖਵੀਰ ਬਾਦਲ ਜੀ ਔਰ ਮੈਨੂੰ ਉਹ ਦਿਨ ਨਹੀਂ ਭੁੱਲਦੇ ਜਦੋਂ ਸੁਖਵੀਰ ਬਾਦਲ ਮੋਦੀ ਸਾਹਿਬ ਦੇ ਗੁਣਗਾਨ ਕਰਦੇ ਨਹੀਂ ਸੀ ਥੱਕਦੇ ਮੋਦੀ ਸਾਹਿਬ ਦੀ ਸਰਕਾਰ ਦੇ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ ਕੱਲ ਪਰਸੋਂ ਮੈਂ ਜਗਰਾਉਂ ਵਾਲੇ ਪਾਸੇ ਸਿੱਧਵਾ ਬੇਟ ਵਾਲੇ ਪਾਸਿਓਂ ਲੁਧਿਆਣੇ ਜਾ ਰਿਹਾ ਸੀ ਜੀ ਮੈਂ ਇੱਕ ਥਾਂ ਦੇਖਿਆ ਅਕਾਲੀ ਦਲ ਦੇ ਲੀਡਰ ਨੇ ਮੋਦੀ ਸਾਹਿਬ ਦੇ ਨਾਂ ਦੇ ਵੋਟਾਂ ਮੰਗੀਆਂ ਹੋਈਆਂ ਬਹੁਤ ਵੱਡਾ ਇੱਕ ਬੋਰਡ ਹੋਲਡਿੰਗ ਲੱਗਿਆ ਹੋਇਆ ਜੀ ਉਹ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਲੀਡਰ ਹੈ ਉਹ ਪਹਿਲਾਂ ਸਾਬਕਾ ਮੰਤਰੀ ਰਿਹਾ ਜੀ ਉਹ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਹੱਥ ਜੋੜ ਕੇ ਉਸ ਬੋਰਡ 'ਚ ਮੋਦੀ ਸਾਹਿਬ ਲਈ ਵੋਟਾਂ ਮੰਗੀ ਜਾ ਰਿਹਾ ਤੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਬਹੁਤ ਬੋਰਡ ਐਦਾਂ ਦੇ ਹੋਰ ਲੱਗੇ ਹੋਣੇ ਆ ਹੁਣ ਅਗਲੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਫੇਰ ਖਰਚਾ ਕਰਨਾ ਪੈਣਾ ਹੈ ਕਿ ਇਹ ਜੇ ਸਾਰੇ ਬੋਰਡ ਲਾਉਣੇ ਪੈਣੇ ਜੀ ਨਹੀਂ ਤਾਂ ਜੇ ਬੋਰਡ ਕਿਸੇ ਨੇ ਨਾ ਲਾਏ ਐਡੇ ਵੱਡੇ ਵੱਡੇ ਤੇ ਚੋਣਾਂ ਦੇ ਦਿਨਾਂ 'ਚ ਲੋਕ ਹਾਸਾ ਪਾਉਣਗੇ ਬਿਲਕੁਲ ਫਿਰ ਤੁਸੀਂ ਜਿਹੜੇ ਇਸ਼ਤਿਹਾਰੀ ਬੋਰਡ ਲੱਗੇ ਨੇ ਉਹਦੇ 'ਚ ਤਾਂ ਮੋਦੀ ਸਾਹਿਬ ਲਈ ਅੱਜ ਵੀ ਵੋਟ ਤੇ ਚੋਂ ਤੁਸੀਂ ਆ ਡੱਡ ਲੜ ਰਹੇ ਹੋ ਜੀ ਸੋ ਇਹ ਸਥਿਤੀਆਂ ਨੇ ਪੰਜਾਬ ਚ ਕਈ ਥਾਂ ਬੋਰ ਲੱਗੇ ਹੋਏ ਨੇ ਅਕਾਲੀ ਦਲ ਦੇ ਲੀਡਰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗਵਾਈ ਦੀ ਤਾਰੀਫ ਕਰ ਰਹੇ ਨੇ ਤੇ ਉਹਨਾਂ ਲਈ ਵੋਟਾਂ ਮੰਗ ਰਹੇ ਨੇ ਸੋ ਇਸ ਕਰਕੇ ਹੁਣ ਸੁਖਵੀਰ ਬਾਦਲ ਲੁਧਿਆਣਾ ਆਏ ਉਹਨਾਂ ਨੇ ਫੇਰ ਪੜਾਅ ਜ਼ਰੂਰ ਕੱਢੀ ਹੈ ਕੇਂਦਰ ਤੇ ਕਿਉਂਕਿ ਹੁਣ ਛੜ ਛਡਈਆ ਹੋ ਗਿਆ ਅਕਾਲੀ ਦਲ ਤੇ ਭਾਜਪਾ ਦਾ ਬਾਕੀ ਦੇਖੋ ਅਕਾਲੀ ਦਲ ਦਾ ਬਣਦਾ ਕੀ ਹੈ ਦੇਖੋ ਮੈਂ ਇਹ ਆਮ ਤੌਰ ਤੇ ਦੇਖਦਾ ਜਦੋਂ ਅਕਾਲੀ ਦਲ ਔਰ ਭਾਜਪਾ ਇਕੱਠੇ ਹੁੰਦੇ ਨੇ ਨਾ ਗगन ਉਦੋਂ ਸ਼ਹਿਰੀ ਵੋਟ ਬੈਂਕ ਹੈ ਜਿਹੜਾ ਉਹ ਅਕਾਲੀ ਦਲ ਨੂੰ ਕਾਫੀ ਚੰਗਾ ਪੈ ਜਾਂਦਾ ਹੈ ਤੇ ਭਾਜੀਪੀ ਨੂੰ ਪਿੰਡੂ ਵੋਟ ਬੈਂਕ ਪੈ ਜਾਂਦਾ ਹੁਣ ਬਹੁਤ ਸਾਰੀਆਂ ਸੀਟਾਂ ਨੇ ਜਿਹੜੀ ਸ਼ਹਿਰੀ ਖੇਤਰ ਦੀਆਂ ਸੀ ਉੱਥੇ ਭਾਜੀਪੀ ਜਿੱਤ ਸਾਬ ਜਿੱਤ ਜਾਂਦੀ ਸੀ ਕਿਉਂਕਿ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਥੋੜਾ ਬਹੁਤਾ ਪਿੰਡੂ ਵੋਟ ਬੈਂਕ ਨਾਲ ਮਿਲ ਜਾਂਦਾ ਸੀ ਭਾਜੀਪੀ ਨੂੰ ਤੇ ਸ਼ਹਿਰ ਅਕਾਲੀ ਦਲ ਨੂੰ ਮਿਲ ਜਾਂਦਾ ਸੀ ਹੁਣ ਭਾਜੀਪੀ ਨੂੰ ਪਿੰਡਾਂ ਚੌਕਾ ਹੋਇਆ ਪਿਆ ਅਕਾਲੀ ਦਲ ਨੂੰ ਸ਼ਹਿਰਾਂ ਚੌਕਾ ਹੋਇਆ ਪਿਆ ਕਿਉਂਕਿ ਦੋਨੇ ਧਿਰਾਂ ਦਾ ਸਬੰਧ ਖੇਤੀ ਕਾਨੂੰਨਾਂ ਦੇ ਨਾਲ ਹੈ ਪੰਜਾਬ ਚ ਕਿਸਾਨਾਂ ਦੇ ਮਾਮਲੇ ਚ ਵੀ ਦੋਹਾਂ ਦਾ ਔਖਾ ਹੋਇਆ ਪਿਆ ਉਹ ਕਿਸਾਨਾਂ ਦੇ ਮਾਮਲੇ ਚ ਤਾਂ ਦੋਹਾਂ ਦਾ ਹੀ ਔਖਾ ਹੋਇਆ ਪਿਆ ਪੰਜਾਬ ਸੋ ਇਸ ਕਰਕੇ ਅਕਾਲੀ ਦਲ ਔਰ ਭਾਜਪੀ ਨੂੰ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਣਾ ਮੈਂ ਤਾਂ ਕਹੂੰਗਾ ਵੀ ਕੋਈ ਸਿਆਸੀ ਟਿਊਸ਼ਨ ਟਾਸ਼ਨ ਡਖਲਣ ਜਿਵੇਂ ਆਪਾਂ ਪੱਕੇ ਇਮਤਿਹਾਨਾਂ ਤੋਂ ਪਹਿਲਾਂ ਉਹ ਕਿਸੇ ਸਬਜੈਕਟ ਚ ਕਮਜ਼ੋਰ ਹੁੰਨੇ ਆ ਨਾ ਜੀ ਕੋਈ ਗਣਿਤ ਚ ਹੁੰਦਾ ਕੋਈ ਅੰਗਰੇਜ਼ੀ ਚ ਹੁੰਦਾ ਕੁਝ ਸਮਾਜਿਕ ਚ ਹੁੰਦਾ ਕਮਜ਼ੋਰ ਹੁੰਦਾ ਆਪਾਂ ਟਿਊਸ਼ਨ ਰਖਾ ਦਿੰਨੇ ਆ ਮੈਂ ਵੀ ਇੱਕ ਵਾਰੀ ਸਮਾਜਿਕ ਦੀ ਟਿਊਸ਼ਨ ਰੱਖੀ ਸੀ ਮੈਨੂੰ ਸਮਾਜਿਕ ਸਮਝ ਨਹੀਂ ਸੀ ਪੈਂਦੀ ਛੇ ਛੇ ਤੇ ਜੀ ਫਿਰ ਮੈਂ ਹੌਲੀ ਹੌਲੀ ਸਮਝੀ ਮੈਂ ਟਿਊਸ਼ਨ ਲੱਗਿਆ ਸੀ ਸਮਾਜਿਕ ਦੀ ਮੇਰੇ ਨਾਲ ਦੇ ਵਿਦਿਆਰਥੀ ਹੱਸਦੇ ਹੁੰਦੇ ਸੀ ਕਹਿੰਦੇ ਅਸੀਂ ਅੰਗਰੇਜ਼ੀ ਰੱਖੀ ਅਸੀਂ ਗਣਿਤ ਰੱਖੀ ਤੇ ਡਲਾ ਤੂੰ ਸਮਾਜਿਕ ਰੱਖੀ ਪਰ ਚਲੋ ਵਕਤ ਵਕਤ ਦੀ ਗੱਲ ਹੈ ਪਰ ਮੈਂ ਸਮਾਜਿਕ ਪੜਨ ਨਾਲ ਹੁਣ ਮੈਂ ਸਮਾਜ ਨੂੰ ਜਾਦਾ ਚੰਗੀ ਤਰ੍ਹਾਂ ਸਮਝਣ ਵੀ ਲੱਗ ਗਿਆ ਜਿਵੇਂ ਟਿਊਸ਼ਨ ਰੱਖੀ ਸੀ ਮੈਨੂੰ ਫਾਇਦਾ ਹੋਇਆ ਸੋ ਅਕਾਲੀ ਦਲ ਨੂੰ ਵੀ ਕੋਈ ਪੋਲਿਟੀਕਲ ਟਿਊਸ਼ਨ ਰੱਖ ਲੈਣੀ ਚਾਹੀਦੀ ਹੈ ਵੀ ਹੁਣ ਅਸੀਂ ਕਿਵੇਂ ਅੱਗੇ ਵਧਣਾ ਹੈ ਦੋਹਾਂ ਤਰ੍ਹਾਂ ਦੇ ਸਮਾਜਿਕ ਸਿੱਖਿਆ ਦੀ ਰੱਖ ਲੈਣ ਜਾਂ ਪੋਲਿਟੀਕਲ ਸਾਇੰਸ ਦੀ ਰੱਖ ਲੈਣ ਕੋਈ ਕੋਈ ਅਜਿਹੇ ਵਿਸ਼ਾ ਹੁੰਦਾ ਹੈ ਅੱਜ ਕੱਲ ਤਾਂ ਬੜੇ ਪ੍ਰੋਫੈਸਰ ਮਿਲ ਜਾਂਦੇ ਨੇ ਸਿਆਣੇ ਸਿਆਣੇ ਇਹਟਾ ਲ ਸਭ ਜਾਂਦੇ ਜਾਂਦੇ ਟਿੱਪਣੀ ਪੰਜਾਬ ਤੇ ਅੱਜ ਦੇ ਬਜਟ ਸੈਸ਼ਨ ਦੇ ਉੱਤੇ ਲਵਾਂਗਾ ਕਿਉਂਕਿ ਸਾਰੀਆਂ ਵਿਰੋਧੀ ਧਿਰਾਂ ਨੇ ਹੁਣ ਇਸ ਬਜਟ ਦੇ ਆਉਣ ਤੋਂ ਪਹਿਲਾਂ ਹੀ ਮਨੁਪ੍ਰਿਤ ਬਾਦਲ ਦੇ ਉੱਤੇ ਟਿੱਪਣੀਆਂ ਕਰਦੀਆਂ ਸ਼ੁਰੂ ਕਰਤੀਆਂ ਬੇਸ਼ੱਕ ਭਗਵੰਤ ਮਾਨ ਦੀ ਟਿੱਪਣੀਆਂ ਤੇ ਉਧਰ ਦੂਜੇ ਪਾਸੇ ਵਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਉਹ ਕਹਿੰਦੇ ਕਿ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦਾ ਮਜ਼ਾਕ ਹੋਣਾ ਏ ਜੁਮਲਾ ਹੋਣਾ ਏ ਇਸ ਜਿਹੜੇ ਖਾਸ ਤੌਰ ਤੇ ਤੇ ਪੰਜਾਬ ਦੇ ਪਚੜ ਤੇ ਵਿੱਚ ਤੁਸੀਂ ਕਿਦਾਂ ਵੇਖ ਰਹੇ ਹੋ ਅੱਜ ਤੇ ਬਜਟ ਦੇ ਉੱਤੇ ਲੋਕੀ ਸਿਆਸਤ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਨਾ ਜੀ ਇਹ ਵਿਧਾਨ ਸਭਾ ਨੂੰ ਵਿਧਾਨ ਸਭਾ ਦੀ ਕਾਰਵਾਈ ਨੂੰ ਬਜਟ ਨੂੰ ਵਿਧਾਨ ਸਭਾ ਸੈਸ਼ਨ ਨੂੰ ਇਹ ਐਨਾ ਨਿੰਦਦੇ ਨੇ ਗਗਨ ਇਹ ਐਨਾ ਨਿੰਦਦੇ ਨੇ ਨਾ ਕਿ ਸਾਰੇ ਲੀਡਰ ਜੀ ਮੈਂ ਕਹਿੰਦਾ ਕਿ ਰਹਿ ਰੱਬ ਦਾ ਨਾਮ ਇਹ ਬਹੁਤ ਨਿੰਦਦੇ ਨੇ ਹੁਣ ਤੁਸੀਂ ਸੁਣਾਈ ਦਿਓ ਦੇਖੋ ਇਹ ਇਹਦਾ ਮਤਲਬ ਹੈ ਜਦੋਂ ਅਕਾਲੀ ਦਲ ਬਜਟ ਪੇਸ਼ ਕਰਦਾ ਸੀ ਉਦੋਂ ਕੋਈ ਬਹੁਤ ਬਹੁਤ ਜ਼ਬਰਦਸਤ ਉਛਾਲ ਪੰਜਾਬ ਦੀ ਤਰੱਕੀ ਚ ਆ ਜਾਂਦਾ ਸੀ ਇਕਨੋਮੀ ਚ ਆ ਜਾਂਦਾ ਸੀ ਅਕਾਲੀ ਦਲ ਨੇ ਵੀ ਬੜੇ ਟੈਕਸ ਲਾਈ ਜੀ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਬਹੁਤ ਪ੍ਰੋਟੈਸਟ ਹੋਏ ਨੇ ਅਧਿਆਪਕਾਂ ਦੇ ਈਟੀਟੀ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਸੋ ਇਸ ਕਰਕੇ ਹੁਣ ਵਿਕਰਮਜੀਤ ਸਿੰਘ ਜੀ ਕਹਿੰਦੇ ਇਹ ਮਜ਼ਾਕ ਹੈ ਕਹਿੰਦੇ ਜੀ ਹੈ ਜੀ ਬਹੁਤ ਵੱਡਾ ਮਜ਼ਾਕ ਹੈ ਕਹਿੰਦੇ ਬਿਲਕੁਲ ਚਲੋ ਦੇਖੋ ਇਹ ਸਿਆਸੀ ਬਿਆਨ ਨੇ ਪਰ ਦੇਖੋ ਦੁੱਖ ਵਾਲੀ ਗੱਲ ਕੀ ਹੈ ਚਿੰਤਾ ਨਹੀਂ ਕਰ ਰਹੇ ਸਾਡੇ ਲੀਡਰ ਆ 3 ਲੱਖ ਕਰੋੜ ਦੇ ਕਰੀਬ ਪੰਜਾਬ ਕਰਜ਼ਾਈ ਹੋਣ ਵਾਲਾ ਜੀ 3 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ 'ਚ ਹੋਣ ਵਾਲਾ ਇਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਕਿੱਥੋਂ ਲਾ ਦੇਣਗੇ ਦੱਸੋ ਇਹ ਜਦੋਂ ਇਹ ਲੋਕਾਂ ਨੂੰ ਇਹ ਦੰਦੇ ਨੇ ਨਾ ਵੱਡੇ ਵੱਡੇ ਲੌਲੀਪੌਪ ਜੀ ਚੋਣ ਮੈਨੀਫੈਸਟੋ ਚ ਵੀ ਅਸੀਂ ਆਹ ਕਰ ਦੇਾਂਗੇ ਸਕੂਟੀਆਂ ਦੇ ਦੇਾਂਗੇ ਆਦਰਸ਼ ਸਕੂਲ ਬਣਾ ਦੇਾਂਗੇ ਲੈਪਟਾਪ ਦੇ ਦੇਾਂਗੇ ਸਾਈਕਲ ਦੇ ਦੇਾਂਗੇ ਬੱਚੇ-ਬੱਚੇ ਨੂੰ ਘਰ-ਘਰ ਨੌਕਰੀ ਦੇ ਦੇਾਂਗੇ ਸਾਰਿਆਂ ਦਾ ਕਰਜ਼ਾ ਮਾਫ਼ ਕਰ ਦੇਾਂਗੇ ਜੀ ਉਦੋਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਅੱਗੇ ਸਵਾਲ ਕਰਨੇ ਚਾਹੀਦੇ ਆ ਵੀ 3 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਸਿਰ ਤੇ ਪੈਸੇ ਕਿੱਥੋਂ ਲਿਆਉਂਗੇ ਅੱਜ ਤੱਕ ਨਹੀਂ ਇਹਨਾਂ ਤੋਂ ਕਰਜ਼ਾ ਲਿਹਾ ਕਰਜ਼ਾ ਵਧ ਹੀ ਜਾਂਦਾ ਬਿਲਕੁਲ ਤੋ ਇਸ ਕਰਕੇ ਜਿਹੜਾ ਬਜਟ ਵੀ ਹੈ ਕਗਨ ਇਹਦੇ ਚ ਨਵਾਂ ਕੋਈ ਟੈਕਸ ਟੌਕਸ ਲੱਗ ਜਾਣਾ ਹੈ ਹੋਰ ਕੀ ਹੈ ਹੋ ਸਕਦਾ ਕੋਈ ਟੈਕਸ ਨਵਾਂ ਨਾਲ ਲੈਣ ਕਿਉਂਕਿ ਪਹਿਲਾਂ ਹੀ ਸਾਲ ਲੈਣਾ ਔਖਾ ਹੋਇਆ ਪਿਆ ਕਗਨ ਟੈਕਸ ਘੱਟ ਲੱਗੇ ਨੇ ਕਿਤੇ ਆ ਹਰ ਰੋਜ਼ ਟੈਕਸ ਲੱਗ ਜਾਂਦਾ ਜਦੋਂ ਮੋਦੀ ਸਾਹਿਬ ਦੀ ਰਾਜ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਾਧੀ ਹੈ ਬਿਲਕੁਲ ਪੈਟਰੋਲ ਤੇ ਡੀਜ਼ਲ ਦੀ ਕੀਮਤ ਕੰਪਨੀ ਵਾਲੇ ਵਧਾਉਂਦੇ ਨੇ ਟੈਕਸ ਪੰਜਾਬ ਦੇ ਖਜ਼ਾਨੇ ਚ ਤੇ ਸਰਕਾਰ ਦੇ ਖਜ਼ਾਨੇ ਚ ਜਾਣ ਲੱਗ ਜਾਂਦਾ ਹੋਰ ਇਹਨਾਂ ਦੇ ਟੈਕਸ ਕੀ ਲਾਉਣਾ ਜੀ ਰੋਜ਼ ਤਾਂ ਟੈਕਸ ਲੱਗਦਾ ਬਿਲਕੁਲ ਤੇ ਜੇ ਘਟਦਾ ਵੀ ਆ ਉਹ ਲੱਗੇ ਚੋਂ ਹੀ ਘਟਦਾ ਕਿਉਂਕਿ ਪਹਿਲਾਂ ਹੀ ਇੰਨਾ ਲੱਗ ਚੁੱਕਿਆ ਹੁੰਦਾ ਉਹਦੇ ਜੋ ਮਾੜਾ ਮੋਟਾ ਘਟ ਜਾਂਦਾ ਦੋ ਬੂੰਦਾਂ ਤਿੰਨ ਬੂੰਦਾਂ ਉਹ ਅਗਲੇ ਦਿਨ ਫਿਰ ਵੱਜ ਜਾਂਦਾ ਬਿਲਕੁਲ ਸੋ ਟੈਕਸਾਂ ਨੇ ਤਾਂ ਅੱਖਾਂ ਚ ਧੂਆਂ ਕੱਢਿਆ ਪਿਆ ਗगन ਲੋਕਾਂ ਦਾ ਵਾਸ ਨਹੀਂ ਚੱਲਦਾ ਗगन ਲੋਕਾਂ ਕੋਲੇ ਸਾਈਕਲ ਵੀ ਨਹੀਂ ਰਏ ਹੁਣ ਮੇਰੇ ਕੋਲ ਸਾਈਕਲ ਹੈ ਨਹੀਂ ਮੈਂ ਸਾਈਕਲ ਚਲਾਉਣ ਲੱਗ ਜਾਂਗਾ ਗगन ਸਥਿਤੀਆਂ ਇਹ ਬੜੀਆਂ ਪਈਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇਖੋ ਤੁਸੀਂ ਲੋਕ ਰੇੜੇ ਕੱਢ ਲੈਣ ਜੀ ਉਹਨਾਂ ਨੇ ਵੇਚ ਹਟੇ ਲੋ ਜੀ ਹੁਣ ਟਰੈਕਟਰ ਟਰਾਲੀਆਂ ਦੀਆਂ ਆਹਤ ਤਾਂ ਪੈ ਗਈਆਂ ਜੇ ਇਹ ਨਾ ਸਾਧਨ ਨ ਤੇ ਲੋਕਾਂ ਨੇ ਰੇਲ ਗੱਡੀ ਨਹੀਂ ਸੀ ਚੜਨਾ ਉਹਨਾਂ ਨੇ ਡੰਡੀ ਡੰਡੀ ਹੋ ਜਾਣਾ ਸੀ ਜੀ ਵੀ ਅਸੀਂ ਪੈਦਲ ਹੀ ਚਲੇ ਜਾਨੇ ਹੁਣ ਤਾਂ ਮਜਬੂਰੀਆਂ ਹੋ ਗਈਆਂ ਲੋਕਾਂ ਨੂੰ ਹੱਤ ਪੈ ਗਈ ਬਿਲਕੁਲ ਸੋ ਅੱਜ ਦੇ ਬਜਟ ਦੇ ਵਿੱਚੋਂ ਵੇਖਦੇ ਆ ਕਿ ਆਖਰਕਾਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਇਹ ਬਜਟ ਕਿਤੇ ਨਾ ਕਿਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ 2022 ਦਾ ਭੂਵਿੱਖ ਵੀ ਤੈ ਕਿਤਨੇ ਕਿਤੇ ਕਰੇਗਾ ਇਸ ਤਰ੍ਹਾਂ ਦੇ ਉੱਤੇ ਸਿਆਸਤ ਵੀ ਪੰਜਾਬ ਦੀ ਵੇਖ ਸਕਦੀ ਹੈ ਵੈਸੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ 2022 ਦਾ ਕੋਈ ਭੂਵਿੱਖ ਨਹੀਂ ਬਜਟ ਨੇ ਤੈ ਕਰਨਾ ਬਜਟ ਚ ਜਿਹੜੀਆਂ ਨੇ ਪਹਿਲਾਂ ਜਿਹੜੀਆਂ ਸਾਨੂੰ ਦਿੱਕਤਾਂ ਆਈਆਂ ਉਹੀ ਹੁਣ ਆਉਣੀਆਂ ਜੀ ਠੀਕ ਹੈ ਇਹ ਤੁਸੀਂ ਦੱਸੋ ਪੰਜਾਬ ਤਾਂ ਤਰੱਕੀ ਨਹੀਂ ਕਰ ਰਿਹਾ ਐਮ ਐਲ ਏ ਮੰਤਰੀ ਸਾਰਿਆਂ ਦੇ ਖਾਤੇ ਵਧ ਹੀ ਜਾਂਦੇ ਸਾਰਿਆਂ ਦੇ ਖਾਤਿਆਂ ਚ ਪੈਸੇ ਆਈ ਜਾਂਦੇ ਬਿਲਕੁਲ ਇਹਨਾਂ ਨੂੰ ਪੱਤਾ ਟਰਾਂਸਪੋਰਟ ਪੱਤਾ ਸਭ ਕੁਝ ਵਧ ਹੀ ਜਾਂਦਾ ਸੋ ਇਸ ਬਜਟ ਨੇ ਸਿਰਫ ਇੱਕ ਨਵੀਂ ਸਿਆਸਤ ਨੂੰ ਜਨਮ ਦੇਣਾ ਹੈ ਜੀ ਤੇ ਪੰਜਾਬ ਇਸ ਬਜਟ ਤੋਂ ਬਾਅਦ ਹੋਰ ਕਰਜ਼ਾਈ ਹੋ ਜਾਣਾ ਹੈ ਜੀ ਇਹ ਕੁਛ ਹੋਣਾ ਨਹੀਂ ਇਸ ਬਜਟ ਨੂੰ ਲੈ ਕੇ ਜਿਹੜੇ ਸਿਆਸੀ ਬਿਆਨ ਨੇ ਪਹਿਲਾਂ ਉਹ ਸੁਣਾਉਨੇ ਆ ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਓਏ ਮੈਂ ਤੁਹਾਨੂੰ ਬੇਨਤੀ ਕਰਾਂ ਜੀ ਹਰ ਸਾਲ ਕੈਪਟਨਿੰਗ ਅਮਰਿੰਦਰ ਸਿੰਘ ਇੱਕ ਨਮਾ ਚੂਪੂਪਾ ਛੱਡਦੇ ਇਹ ਉਹਦਾ ਹਿੱਸਾ ਕੱਖ ਦੀ ਕਰਨਾ ਸਭ ਪਤਾ ਹੈਲੀਕਾਪਟਰ ਉੱਤੋਂ ਲੰਘ ਗਿਆ ਥੱਲਿਓ ਲੰਘ ਗਿਆ ਹਰ ਪਾਸਿਓਂ ਲੰਘ ਗਿਆ ਸਭ ਵੇਖ ਲਿਆ ਚਾਰ ਸਾਲ ਲਟਾਤਾ ਔਰ ਫੇਰ ਇਹ ਡਰਾਮਾ ਰਚਿਆ ਜਾ ਰਿਹਾ ਓਨਲੀ ਟੂ ਧਿਆਨ ਪਟਕਾਉ ਮੁਤਾ ਕੱਖ ਨਹੀਂ ਘਲੇ ਇਧਰ ਉਧਰ ਦੀ ਤੁਸੀਂ ਇੱਕ ਗੱਲ ਦੱਸੋ ਉਸ ਦਿਨ ਕਹਿੰਦੇ ਜੀ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਇਹ ਚ ਨਵੀਂ ਗੱਲ ਕਿਹੜੀ ਕਿਸਾਨਾਂ ਦੇ ਜਿਹੜੇ ਅੰਦਰ ਦਿੱਤੇ ਹੋਏ ਆ ਉਹਨਾਂ ਲਈ ਤੁਸੀਂ ਕੀ ਕੀਤਾ ਜਦੋਂ ਜਿਹੜਾ ਤੁਸੀਂ ਪੰਜਾਬ ਨੂੰ ਮੰਡੀ ਐਲਾਨ ਸਕਦੇ ਸੀ ਸਟੇਟ ਦੇ ਅਧਿਕਾਰ ਥੱਲੇ ਸੀ ਐਗਰੀਕਲਚਰ ਉਹ ਤਾਂ ਕੀਤਾ ਨਹੀਂ ਇੱਕ ਪਾਸੇ ਗਵਰਨਰ ਨੂੰ ਰੈੱਡ ਕਾਰਪੇਟ ਦੂਜੇ ਪਾਸੇ ਫਰਸਟ ਟਾਈਮ ਮਿਨਿਸਟਰੀ ਹੋਇਆ ਕਿ ਉਹਦੇ ਨਹੀਂ ਉਹਦੇ ਖਿਲਾਫ ਧਰਨਾ ਯੂ ਕੈਨ ਨਾਟ ਫੂਲ ਪੀਪਲ ਵੈਟ ਪੈਟਰੋਲ ਤੇ 27.5% ਡੀਜ਼ਲ ਤੇ 17.5% ਸਭ ਤੋਂ ਵੱਧ ਵੈਟ ਕੋਈ ਸੂਬਾ ਵਸੂਲ ਰਿਹਾ ਤੇ ਪੰਜਾਬ ਵਸੂਲ ਰਿਹਾ ਤੇ ਤੁਸੀਂ ਦਿੱਲੀ ਦੇ ਖਿਲਾਫ ਕੀ ਧਰਨਾਂ ਆ ਰਹੇ ਪਹਿਲਾਂ ਆਪਣਾ ਘਟਾਓ अच्छी भी दिल्ली दिल्ली फिर बट हाउ कैन यू नॉट डू योर बिट एंड एंड ट्राई ब्लेम द सेंटर ये फ्री ऑफ कॉस्ट हॉस्पिटल है जो आदमी गरीब आदमी बीमार है उसको पता है कि डायलिसिस में कितना खर्चा होता है और ये पड़ेगा तो आम जनता को इसको फायदा होगा और ये पहला आएगा जिसमें कैश काउंटर नहीं है आ जाएगी सरकार भी सरकार जा रही है अभी घूमने बाहर आ जाएगी एक आध महीने में दिल्ली में ਗੱਲ ਕਲਕੱਤੇ ਗਈ ਸ਼ਾਦ ਸਰਕਾਰ ਅਸੀਂ ਵੀ ਜਾ ਰਹੇ ਕਲਕੱਤਾ 13 ਤਾਰੀਖ ਨੂੰ ਜੀ ਆਪ ਮਿਲਾਂਗੇ ਸਰਕਾਰ ਸੇ ਵਹੀਂ ਆ ਕੇ ਅਸੀਂ ਤਾਂ ਇਹੀ ਇਹੀ ਰਹਾਂਗੇ ਦਿੱਲੀ ਮੇਂ ਔਰ ਬਾਚੀਤ ਹੋ ਜਾਏਗੀ ਇਹ ਕਾਉਂਦ ਮਹਿੰਦੇ ਮੇਂ ਅਵੇ ਕਿਆ ਕੋ ਚਾਹਤ ਚਾਹਤ ਦੇਖੋ ਅੱਜ ਗੁਰਦੁਆਰਾ ਬਾਲਾ ਸਾਹਿਬ ਹਸਪੀਟਲ ਜੋ ਮੈਂ ਸਮਝਦਾ ਹਾਂ ਕਿ ਪਿਛਲੇ 20 ਸਾਲ ਤੋ ਰਾਜਨੀਤਿਕ ਦੇ ਬਲੀ ਚੜਿਆ ਹੋਇਆ ਸੀ ਔਰ ਜਿਹਦੇ ਉੱਤੇ ਬਾਰ-ਬਾਰ ਰਾਜਨੀਤੀ ਕੀਤੀ ਜਾਂਦੀ ਸੀ ਅੱਜ ਉਹ ਹਸਪੀਟਲ ਦੀ ਆਰੰਭਤਾ ਕੀਤੀ ਗਈ ਆ ਅਰਦਾਸ ਹੋਣ ਬਲੀਆ ਅਰ ਅਰਦਾਸ ਤੋਂ ਬਾਅਦ ਸੰਗਤਾਂ ਨੂੰ ਇਹ ਅਰਪਿਤ ਕਰਤਾ ਜਾਏਗਾ ਜਿਸ ਤਰੀਕੇ ਦੇ ਨਾਲ ਇੱਕ ਅਸੀਂ ਫੈਸਲਾ ਲਿਆ ਕਿ ਦਿੱਲੀ ਸਿੱਖ ਗੁਰਦਾਰਾ ਪਰੰਦਾ ਕਮੇਟੀ ਦੀ ਟੀਮ ਨੇ ਕਿ ਸੰਗਤ ਦੀ ਜਦਾ ਸੰਗਤ ਨੂੰ ਦਈਆਂ ਔਰ ਇੱਕ ਕਿਡਨੀ ਡਾਇਲਿਸਿਸ ਹਸਪੀਟਲ ਤੱਕ ਖੋਲਿਆ ਤੇਜ ਦਾ ਸਭ ਤੋਂ ਵੱਡਾ ਔਰ ਸਭ ਤੋਂ ਆਧੁਨਿਕ ਤਰੀਕੇ ਦਾ ਨਾਲ ਬਣਿਆ ਡਾਇਲਿਸਿਸ ਸੈਂਟਰ ਹੈ ਜਦੇ ਵਿੱਚ 100 ਮਸ਼ੀਨਾਂ ਤਕਰੀਬਨ ਲਗੀਆਂ ਨੇ ਔਰ 100 ਮਸ਼ੀਨਾਂ ਆਫਰ ਜੀਆਂ ਨੇ ਜਦੇ ਵਿੱਚ ਆ ਕੇ ਲੋਕ ਆਪਣਾ ਡਾਇਲਿਸਿਸ ਕਰਾ ਸਕਦੇ ਨੇ ਦਿਨ ਦੇ ਵਿੱਚ ਇੱਥੇ 400 ਬੰਦਾ ਡਾਇਲਿਸਿਸ ਕਰਾ ਸਕਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਇੱਥੇ 10 ਰੁਪਏ ਦੀ ਜਸੀਦ ਨਹੀਂ ਕੱਟੀ ਜਾਣੀ ਸੋ ਅੱਜ ਤੇ ਬਜਟ ਦੇ ਉੱਤੇ ਨਿਗਾਹਾਂ ਰੱਖਾਂਗੇ ਕਿ ਕੀ ਕੁਝ ਬਜਟ ਦੇ ਵਿੱਚ ਖਾਸ ਰਹੇਗਾ ਕਿ ਕੁਝ ਵੱਡਾ ਪੰਜਾਬ ਦੇ ਬਜਟ ਦੇ ਵਿੱਚੋਂ ਨਿਕਲ ਸਕਦਾ ਹੈ ਉਧਰ ਅਗਲੇ ਪ੍ਰੋਗਰਾਮਾਂ ਦੀ ਵਿੱਚ ਹੁਣ ਗੱਲਬਾਤ ਪੰਜਾਬ ਦੀ ਵੱਡੀ ਸਿਆਸਤ ਦੇ ਵੱਲ ਕਰਾਂਗੇ ਕਿ ਆਖਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਨਵੇਂ ਪੁਚਾਲ ਆਉਣ ਦੀ ਤਿਆਰੀ ਨੇ ਸਿਆਸੀ ਤੌਰ ਤੇ ਉੱਤੇ ਉਸ ਦੇ ਉੱਤੇ ਗੱਲਬਾਤ ਰਹੇਗੀ ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਜਸਤ ਲਮਾਂਗੇ ਡੱਲਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ